ਜਦੋਂ ਉਹਨਾਂ ਦੀ ਧੀ ਨਹੀਂ ਸੁਖੀ, ਉਹ ਟਰਾਲਾ ਕਿਉਂ ਲਾ ਕੇ ਜਾਣਗੇ? ਨਾ ਮੈਂ ਅੱਜ ਕਹਾਂ ਤੇ ਨਾ ਮੈਂ ਉਹਨਾਂ ਨੂੰ ਕੱਲ ਕਹਾਂ। ਜਿਹੜਾ ਕੁਝ ਤੁਸੀਂ ਘਮਾਉਣਾ ਚਾਹੁੰਦੇ ਹੋ ਨਾ, ਉਹ ਨਹੀਂ ਮੈਂ ਆਪਦੀ ਜਮਾਨ ਚੋਂ ਬੋਲਦੀ। ਸੂਲ ਹੋਇਆ ਧੀ ਦੇ, ਚੰਗੀ ਭਲੀ ਖਾਂਦੀ ਆ, ਪੀਂਦੀ ਆ, ਧੜਕਾਉਂਦੀ ਆ। ਨਾ ਤੂੰ ਕਿਹੜਾ ਪਹਿਲੀ ਆ ਜਿਹਨੇ ਕਬੀਲਦਾਰੀ ਸੰਭਾਈ ਆ? ਸਾਰੀਆਂ ਸੱਸਾਂ ਨੂੰਹਾਂ ਨੂੰ ਕਬੀਲਦਾਰੀ ਸੰਭਾਉਂਦੀਆਂ ਨੇ, ਨਾਲੇ ਮੈਨੂੰ ਵੀ ਪਤਾ ਕਿੱਥੇ ਜਾਣਾ ਕਿੱਥੇ ਨਹੀਂ। ਜਦੋਂ ਟਾਈਮ ਹੋਊ ਅਸੀਂ ਜਾ ਆਵਾਂਗੇ, ਉਹ ਤਾਂ ਵਿਹਲੇ ਨੇ। ਟਾਈਮ ਤਾਂ ਪੁੱਤ ਲੱਗਦਾ ਹੀ ਨਹੀਂ ਹੁੰਦਾ, ਟਾਈਮ ਤਾਂ ਆਪਾਂ ਨੂੰ ਕੱਢਣਾ ਪੈਂਦਾ ਆਪਦੇ ਭੈਣ ਭਾਈ ਖਾਤਰ। ਹੁਣ ਹੱਕ ਤਾਂ ਬਣਦਾ ਹੀ ਹੈ, ਦੇਖ ਜ਼ਿੰਮੇਵਾਰੀ ਨੂੰ ਵੀ ਸਮਝੋ ਆਪਦੀ ਨੂੰ ਤੁਸੀਂ। ਹਾਂਜੀ ਦੋਸਤੋ, ਚੱਲਦੀ ਵੀਡੀਓ ਵਿੱਚ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਇੰਡੀਆ ਦਾ ਨੰਬਰ 1 ਸਪੋਰਟਸ ਤੇ ਗੇਮਿੰਗ ਐਪ, ਜਿਹਦਾ ਨਾਮ ਹੈ ਕ੍ਰਿਕਕਸ, ਜਿਹਦੇ ਉੱਪਰ ਖੇਡ ਕੇ ਤੁਸੀਂ ਆਏ ਹਫ਼ਤੇ ਜਿੱਤ ਸਕਦੇ ਹੋ ਆਈਫੋਨ 15 ਪ੍ਰੋ। ਤੇ ਹੁਣੇ ਜਾ ਕੇ ਰਜਿਸਟਰ ਕਰੋ ਤੇ ਆਪਦੇ ਦੋਸਤਾਂ ਨੂੰ ਭੇਜੋ ਤੇ ਬੱਜੇ ਤੋਂ 1200 ਰੁਪਇਆ। ਇਸ ਐਪ ਵਿੱਚ ਤੁਸੀਂ ਚੱਲ ਰਿਹਾ IPL 2024 ਦੇ ਵਿੱਚ ਕੋਈ ਵੀ ਮੈਚ ਜਿਹੜਾ ਕਿ HD ਕੁਆਲਿਟੀ ਰਾਹੀਂ ਦੇਖ ਸਕਦੇ ਹੋ। ਜੇਕਰ ਤੁਸੀਂ ਮੇਰੇ ਦਿੱਤੇ ਗਏ ਲਿੰਕ ਰਾਹੀਂ ਇਸ ਐਪ ਨੂੰ ਜੁਆਇਨ ਕਰਦੇ ਤਾਂ ਤੁਹਾਨੂੰ ਮਿਲੂਗਾ 300 ਰੁਪਏ ਦਾ ਬੋਨਸ। ਜੇਕਰ ਤੁਸੀਂ ਵੀ ਆਪਦੀ ਕਿਸਮਤ ਅਜਮਾਉਣਾ ਚਾਹੁੰਦੇ ਹੋ ਤਾਂ ਇਸ ਐਪ ਰਾਹੀਂ ਅਜਮਾ ਸਕਦੇ ਹੋ। ਜੇਕਰ ਤੁਸੀਂ ਗੱਲ ਕਰਦੇ ਹੋ ਯਕੀਨ ਦੀ ਤਾਂ ਫੇਮਸ ਕ੍ਰਿਕਟਰ ਰੋਬਿਨ ਥਾਪਾ ਤੇ ਫੇਮਸ ਐਕਟਰ ਸ਼ਰਾਵੰਤੀ ਸ਼ਾਤਰ ਜੀ ਕ੍ਰਿਕਕਸ ਬ੍ਰਾਂਡ ਦਾ ਅੰਬੈਸਡਰ ਹਨ। ਜਦੋਂ ਐਡੇ ਵੱਡੇ ਸੈਲੀਬ੍ਰਿਟੀ ਤੇ ਭਰੋਸਾ ਕਰ ਰਹੇ ਨੇ ਤਾਂ ਮੈਨੂੰ ਯਕੀਨ ਹੈ ਵੀ ਤੁਸੀਂ ਵੀ ਇਸ ਤੇ ਭਰੋਸਾ ਕਰੋਗੇ। ਕ੍ਰਿਕਕਸ ਆਲਵਰਡ ਦਾ ਪਲੇਟਫਾਰਮ ਹੈ, ਇਹਦੇ ਵਿੱਚ ਬਹੁਤ ਸਾਰੀਆਂ ਗੇਮਾਂ ਮਿਲ ਜਾਣਗੀਆਂ ਜਿਵੇਂ ਕਿ ਫਲਾਈ ਵਰਸਸ ਵਿਨ, ਐਵੀਏਟਰ ਅਤੇ ਹੋਰ ਬਹੁਤ ਸਾਰੀਆਂ। ਇਹਦੇ ਵਿੱਚ ਤੁਸੀਂ ਬਿਲਡਰਾਂ ਤੇ ਡਿਪੋਜ਼ਿਟ ਵੀ ਬੜੇ ਆਸਾਨ ਤਰੀਕੇ ਨਾਲ ਕਰ ਸਕਦੇ ਹੋ। ਤੇ ਹੁਣ ਤੁਸੀਂ ਦੇਖੀ ਕੀ ਜਾਂਦੇ ਹੋ, ਹੁਣੇ ਜਾ ਕੇ ਮੇਰੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਤੇ 300 ਰੁਪਏ ਦਾ ਬੋਨਸ ਪਾਓ ਤੇ ਗੇਮ ਨੂੰ ਜੁਆਇਨ ਕਰੋ। ਹਾਏ ਕੁੜੇ, 12 ਵਜੇ ਉੱਠ ਕੇ ਆ ਲੱਗ ਗਈ ਕੁਰਚਕ ਕੁਰਚਕ ਕਰਨ, ਟਾਈਮ ਸਿਰ ਸੁੰਬਰ ਲਿਆ ਕਰ। ਆ ਸਾਰਿਆਂ ਦੀਆਂ ਨੂੰਹਾਂ ਧੀਆਂ ਕਿਹੜੇ ਵੇਲੇ ਦੀਆਂ ਕੰਮ ਨਿਬੇੜ ਕੇ ਵਿਹਲੀਆਂ ਬੈਠੀਆਂ ਨੇ, ਲਾ ਕੇ ਸੁਰਖੀ ਪਾਊਡਰ, ਇੱਕ ਤੂੰ ਐ ਆ ਫਿਰਦੀਆਂ ਜਿਹੜੀ ਚੱਕੀ ਮਾਂਜਾ। ਮੰਮੀ ਜੀ ਉੱਠੀ ਤਾਂ ਮੈਂ ਵੀ ਸਵੇਰੇ 4 ਵਜੇ ਦੀ ਆ, ਸਾਰਾ ਕੰਮ ਵੀ ਨਿਬੇੜ ਲਿਆ, ਰਸੋਈ ਦਾ ਵੀ ਸਾਰਾ ਕੀਤਾ, ਬਸ ਆ ਬਾਹਰ ਬੌਕਰ ਮਾਰਨ ਵਾਲੀ ਰਹਿ ਗਈ ਸੀ, ਮੈਂ ਕਿਹਾ ਚਲ ਹੁਣ ਮਾਰ ਲੈਨੀ ਆ। ਆਹੋ ਆਹੋ, ਤੂੰ ਮੈਨੂੰ ਕਿੱਥੇ ਗੱਲਾਂ ਜਾਣ ਦਿੰਨੀ ਐ? ਸੋਡਾ ਤਾਂ ਵੀਰ ਲਾਣਾ ਹੀ ਇਹੋ ਜਿਹਾ, ਗੱਲ ਤਾਂ ਥੱਲੇ ਡਿੱਗਣ ਨਹੀਂ ਦਿੰਦੇ, ਉੱਤਰ ਪਹਿਲਾਂ ਗੜ ਕੇ ਰੱਖ ਦਿਓ। ਆਓ ਦੇਖ ਲਾ ਤੇਰਾ ਭਰਾ ਵੱਡਾ ਆ, ਮਾਲਕ 20 ਕਿੱਲਿਆਂ ਵਾਲਾ ਨਹੀਂ, ਉਦੋਂ ਆਉਂਦਾ ਜਦੋਂ ਤਿਉਹਾਰ ਲੰਘ ਜਾਂਦਾ, ਉਹ ਫਿਰ ਜੂਠ ਬਚਦੀ ਗੁਜਦੀ ਇਕੱਠੀ ਕਰਕੇ ਤੈਨੂੰ ਫੜਾ ਜਾਂਦੇ ਆ। ਮੰਮੀ ਜੀ ਗੱਲ ਤਾਂ ਤੁਹਾਡੀ ਮੇਰੇ ਨਾਲ ਆ, ਫਿਰ ਮੇਰੇ ਵੀਰੇ ਨੇ ਕੀ ਵਿਗਾੜਿਆ ਤੁਹਾਡਾ? ਤੁਸੀਂ ਵੀਰੇ ਨੂੰ ਕਿਉਂ ਗੱਲ ਗੱਲ 'ਚ ਘੜੀਸ ਲੈਂਦੇ ਹੋ ਵਿੱਚ? ਨਾਲੇ ਰਹੀ ਗੱਲ ਜੂਠ ਦੀ, ਉਹ ਕੋਈ ਨਹੀਂ ਮੈਨੂੰ ਐਵੇਂ ਸਮਝਦੇ ਵੀ ਮੈਂ ਸਿਰਫ ਰਹਿੰਦ ਖੂੰਦਾ। ਸਮਝਦੀ ਨਹੀਂ ਵੀਰ, ਅੱਖੀਂ ਦੀਂਦਾ ਇਹ ਤਾਂ ਸਾਰਾ ਕੁਛ, ਕਦੇ ਆਏ ਤਿਉਹਾਰ ਤੋਂ ਪਹਿਲਾਂ, ਜਦੋਂ ਤਿਉਹਾਰ ਲੰਘ ਜਾਂਦਾ ਉਹ ਵੀ ਪਤਾ ਨਹੀਂ ਮੇਥੋਂ ਚੋਰੀਓਂ ਫੋਨ ਫਾਨ ਲਾ ਕੇ ਫਿਰ ਮੰਗਾਉਂਦੀ ਹੋਵੇਗੀ ਵੀ ਜੇ ਕੁਛ ਬਚਿਆ ਤਾਂ ਮੈਨੂੰ ਫੜਾ ਜਾਓ। ਮੰਮੀ ਤੁਸੀਂ ਤਾਂ ਇਹ ਗੱਲਾਂ ਕਰਦੇ ਹੋ ਜਿਵੇਂ ਮੇਰੇ ਪੀਕੇ ਜਮ੍ਹਾਂ ਗਿਰੇ ਹੋਏ ਹੁੰਦੇ ਆ, ਵੀ ਉਹਨਾਂ ਨੇ ਕਿਸੇ ਤੋਂ ਮੰਗ ਕੇ ਮੈਨੂੰ ਚੀਜ਼ ਫੜਾ ਕੇ ਜਾਣੀ ਹੁੰਦੀ ਆ। ਰੱਬ ਦਾ ਦਿੱਤਾ ਨਾ ਸਾਰਾ ਕੁਛ ਹੈ ਮੇਰੇ ਵੀਰੇ ਦੇ ਘਰੇ, ਤੇ ਰਹੀ ਗੱਲ ਉਹਦੇ ਆਉਣ ਦੀ, ਉਹਦੇ ਸਿਰ ਸਾਰੀਆਂ ਜ਼ਿੰਮੇਵਾਰੀਆਂ ਨੇ ਘਰ ਦੀਆਂ, ਉਹ ਇਕੱਲਾ ਕਿੱਧਰ ਕਿੱਧਰ ਹੋਵੇ। ਕੀਤੀ ਸੀ ਮੈਂ ਮੰਮੀ ਨਾਲ ਗੱਲ, ਮੰਮੀ ਨੇ ਕਿਹਾ ਸੀ ਵੀ ਤੇਰਾ ਵੀਰਾ 1-2 ਦਿਨ ਤੱਕ ਆਊਗਾ, ਨਾਲੇ ਜੇ ਆ ਵੀ ਜਾਊਗਾ ਤੁਸੀਂ ਕਿਹੜਾ ਆਇਆਂ ਦੀ ਕਦਰ ਕਰਨੀ ਹੁੰਦੀ ਆ, ਅੱਜ ਤੱਕ ਤਾਂ ਇੱਜ਼ਤ ਹੋਈ ਨਹੀਂ ਤੁਹਾਡੇ ਤੋਂ। ਅੱਛਾ ਐਂ ਬੋਲਿਆ ਕਰੇਂਗੀ ਹੁਣ? ਨਹੀਂ ਆਹੀ ਲੱਖਣ ਦੇ ਕੇ ਤੋਰੀਆਂ ਤੇਰੀ ਮਾਂ ਨੇ, ਲੱਗ ਗਈ ਨਾ ਧੌਂਸ ਦਿਖਾਉਣ ਪੈਸੇ ਦੀ। ਨਾਲੇ ਧੌਂਸ ਉਹ ਦਿਖਾਉਂਦੇ ਹੁੰਦੇ ਨੇ ਜਿਹੜੇ ਵੀਰ ਟਾਈਮ ਸਿਰ ਪਹੁੰਚਦੇ ਨੇ। ਆਹ ਦੇਖ ਲਾ ਮੇਰੇ ਜੇਠ ਦੀਆਂ ਨੂੰਹਾਂ ਨੇ, 4 ਭੈਣਾਂ ਨੇ, ਨੀ ਤਿਉਹਾਰ ਤੋਂ ਪਹਿਲਾਂ ਫੜਾ ਕੇ ਜਾਂਦੇ ਨੇ, ਤੇਰੇ ਕਦੇ ਵੀ ਨਹੀਂ ਟਾਈਮ ਸਿਰ ਆਏ। ਵੱਡੀ ਆਈ ਇਹ ਪੈਸਿਆਂ ਵਾਲਿਆਂ ਦੀ, ਇਹ ਰੱਬ ਦਾ ਦਿੱਤਾ ਸਭ ਕੁਛ ਹੈ। ਮੈਂ ਤਾਂ ਕੋਈ ਧੌਂਸ ਨਹੀਂ ਦਿਖਾਈ ਮੰਮੀ ਜੀ ਤੁਹਾਨੂੰ ਪੈਸੇ ਦੀ, ਨਾਲੇ ਜੇ ਮੈਨੂੰ ਇੰਨਾ ਹੀ ਘਮੰਡ ਹੁੰਦਾ ਨਾ ਆਪਦੇ ਪੈਸੇ ਦਾ ਜਾਂ ਮੇਰੇ ਵੀਰੇ ਦੀ ਜ਼ਮੀਨ ਦਾ, ਤਾਂ ਤੁਹਾਡੀਆਂ ਇੰਨੀਆਂ ਗੱਲਾਂ ਨਹੀਂ ਸੁਣਦੀ ਸੀ ਮੈਂ, ਉਹਨੂੰ ਕਦੋਂ ਦੀ ਆਪਦੇ ਪੇਕੇ ਜਾ ਕੇ ਬੈਠੀ ਹੁੰਦੀ ਤੇ ਸਾਰੀਆਂ ਗੱਲਾਂ ਤੁਹਾਡੀਆਂ ਵੀ ਦੱਸੀਆਂ ਹੁੰਦੀਆਂ।
ਅੱਛਾ ਪੇਕੀ ਬੈਠੀ ਹੁੰਦੀ ਤੂੰ ਨੀ, ਪੇਕੇ ਬਿਠਾਉਣ ਵਾਲੇ ਹੈਗੇ ਵੀ ਆ, ਭਾਈ ਅਜੀਜ ਦਾ ਟਾਈਮ ਸਿਰ ਸਰਦੀ ਨਹੀਂ, ਇਹ ਤੈਨੂੰ ਕਿੱਥੋਂ ਖਵਾ ਦੇਣਗੇ। ਨਾਣ ਉਹ ਬਹਿ ਜਾ ਚੁੱਪ ਕਰਕੇ, ਕੱਟ ਲੈ ਜੇ ਦਿਨ ਕੱਟੀ ਦੇ ਆ। ਅਸਲ 'ਚ ਨਾ ਤੁਹਾਡੀ ਭੁੱਖ ਖਤਮ ਹੀ ਨਹੀਂ ਹੋ ਸਕਦੀ, ਤੁਹਾਨੂੰ ਜਿੰਨਾ ਮਰਜ਼ੀ ਦੇ ਦਿਓ, ਤੁਹਾਡੀ ਲਾਲਚ ਨਾ ਉਨੀ ਵੱਧ ਹੀ ਜਾਂਦੀ ਹੈ। ਤੁਹਾਨੂੰ ਬਸ ਇਹੀ ਆ ਵੀ ਇਹਦਾ ਵੀਰਾ ਕਦੋਂ ਆਵੇ, ਤੇ ਕਦੋਂ ਇਹਨੂੰ ਪੈਸਾ ਧੇਲਾ ਦੇ ਕੇ ਜਾਵੇ, ਤੇ ਕਦੋਂ ਅਸੀਂ ਇਹਦੇ ਤੋਂ ਫੜੀਏ। ਹਾਂ ਪੈਸਾ ਤਾਂ ਸਾਡੇ ਕੋਲ ਹੈ ਹੀ ਨਹੀਂ, ਅਸੀਂ ਤਾਂ ਅੱਖੀ ਦੇਖੇ ਹੀ ਨਹੀਂ, ਚੀਜ਼ ਵੀ ਸਾਰੀ ਤੂੰ ਹੀ ਦਵਾ ਕੇ ਲਿਆਉਣੀ ਹੈ, ਸਾਡੇ ਕੋਲ ਕਿੱਥੇ, ਅਸੀਂ ਤਾਂ ਇੰਨੇ ਗਰੀਬ ਹਾਂ। ਤੂੰ ਜੋ ਵੱਡੇ ਪੈਸੇ ਵਾਲੀ ਅਸੀਂ ਵਿਆਹ ਲਿਆਂਦੀ ਨਾ, ਮੈਨੂੰ ਐਂ ਤਾਂ ਦੱਸ ਦੇ ਕਿੱਦੇ ਤੇਰਾ ਭਰਾ ਇੱਥੇ ਟਰਾਲਾ ਲਾ ਗਿਆ ਸਾਡੇ ਆ ਕੇ। ਮੇਰਾ ਭਰਾ ਟਰਾਲਾ ਵੀ ਲਾ ਜਾਣਾ, ਨਾਮ ਉਹਦਾ ਤਾਂ ਵੀ ਨਹੀਂ ਹੋਣਾ, ਬਥੇਰਾ ਘਰ ਭਰਿਆ ਤੁਹਾਡਾ। ਨਹੀਂ ਕੋਈ ਨਾ, ਤੂੰ ਟਰਾਲਾ ਤਾਂ ਲਹਾ, ਨਾਂ ਤਾਂ ਮੈਂ ਕੌਲੇ ਤੇ ਲਿਖ ਦੂੰ। ਜਦੋਂ ਉਹਨਾਂ ਦੀ ਧੀ ਨਹੀਂ ਸੁਖੀ, ਉਹ ਟਰਾਲਾ ਕਿਉਂ ਲਾ ਕੇ ਜਾਣਗੇ। ਨਾ ਮੈਂ ਅੱਜ ਕਹਾਂ ਤੇ ਨਾ ਮੈਂ ਉਹਨਾਂ ਨੂੰ ਕੱਲ੍ਹ ਕਹਾਂ, ਜਿਹੜਾ ਕੁਛ ਤੁਸੀਂ ਘੁਮਾਉਣਾ ਚਾਹੁੰਦੇ ਹੋ ਨਾ, ਉਹ ਨਹੀਂ ਮੈਂ ਆਪਦੀ ਜਮਾਨ 'ਚੋਂ ਬੋਲਦੀ। ਸੂਲ ਹੋਇਆ ਧੀ ਦੇ, ਚੰਗੀ ਭਲੀ ਖਾਂਦੀ ਹੈ ਪੀਂਦੀ ਹੈ ਦੜਕਾਉਂਦੀ ਹੈ। ਇਹੋ ਜਿਹੇ ਖਾਣ ਪੀਣ ਤੋਂ ਵੀ ਕੀ ਲੈਣਾ, ਜਿਹੜਾ ਤੁਸੀਂ ਇੱਕ ਵਾਰੀ ਖਵਾ ਕੇ 20 ਵਾਰੀ ਸੁਣਾਉਣਾ ਹੁੰਦਾ। ਨਹੀਂ ਨਾਲੇ ਮੈਂ ਕੀ ਲੈਣਾ ਉਹਨਾਂ ਦੀਆਂ ਚੀਜ਼ਾਂ ਤੋਂ, ਕੀ ਲੈਣਾ ਮੈਂ 20 ਕਿੱਲਿਆਂ ਤੋਂ। ਮੈਂ ਤਾਂ ਇੱਕ ਗੱਲ ਸੋਚਦੀ ਹਾਂ ਕਿ ਤੇਰੀ ਬੇਇੱਜ਼ਤੀ ਨਾ ਹੋਵੇ ਆਸ ਗਵਾਂਢ 'ਚ। ਆ ਜਿਵੇਂ ਤੁਰਪੀਆਂ ਲੈ ਕੇ ਪ੍ਰਾਂਤਾਂ ਵੰਡਣ, ਤੇ ਮੈਂ ਖੜੀ ਝਾਕਦੀ ਹਾਂ ਬਾਰ 'ਚ ਖਾਲੀ। ਜੇ ਮੈਂ ਵੰਡ ਕੇ ਆਊਂਗੀ ਗਵਾਂਢ 'ਚ ਤੇਰੇ ਪੇਕਿਆਂ ਤੋਂ ਆਈ ਚੀਜ਼, ਨਹੀਂ ਨਾਂ ਤਾਂ ਤੇਰਾ ਹੀ ਹੋਣਾ ਕਾਮਲੀਏ, ਤੈਨੂੰ ਅਕਲ ਕਿੱਦੇ ਆਊਗੀ। ਮੈਂ ਤਾਂ ਇਹੀ ਸੋਚ ਸੋਚ ਕੇ ਨਾ ਅੱਧੀ ਰਹਿ ਗਈ। ਉਨੀ ਬੇਇੱਜ਼ਤੀ ਮੇਰੀ ਆਂਢ ਗੁਆਂਢ ਨੇ ਨਹੀਂ ਕਰਨੀ ਜਿੰਨੀ ਮੇਰੀ ਘਰ 'ਚ ਹੁੰਦੀ ਆ। ਰੱਬ ਦਾ ਵਾਸਤਾ ਮੰਮੀ, ਹੱਥ ਜੋੜਦੀ ਆ ਤੁਹਾਡੇ ਮੂਹਰੇ, ਆਜੂਗਾ ਮੇਰਾ ਵੀਰਾ, ਅੱਜ ਨਹੀਂ ਤਾਂ ਕੱਲ ਆਜੂਗਾ, ਪਰ ਮੈਨੂੰ ਇਹਨਾਂ ਜਲੀਲ ਨਾ ਕਰਿਆ ਕਰੋ ਵਾਰ ਵਾਰ। ਨਹੀਂ ਕੋਈ ਨਾ, ਕੱਲ ਵੀ ਆਜੂਗੀ ਤੇਰੀ, ਕੱਲ ਦੇਖ ਲੂੰਗੀ ਮੈਂ ਆਉਂਦਾ ਕਿ ਨਹੀਂ ਆਉਂਦਾ। ਕਿਹੋ ਜਿਹੀ ਰੀਤ ਬਣਾਈ ਆ ਨਾ ਲੋਕਾਂ ਨੇ, ਜੇ ਤਾਂ ਪੇਕੇ ਪਹਿਲਾਂ ਆ ਕੇ ਸੰਧਾਰਾ ਜਾਂ ਕੁਛ ਵੀ ਦੇ ਜਾਣ, ਤਾਂ ਨਾਮ ਉਹਨਾਂ ਦਾ ਫੇਰ ਵੀ ਨਹੀਂ ਹੋਣਾ। ਜੇ ਆਉਣ ਨਾ ਤਾਂ ਨੂੰਹ ਨੂੰ ਨਹੀਂ ਜਾਣ ਦੇਣਾ। ਪੁੱਛਣ ਵਾਲਾ ਹੋਵੇ ਵੀ ਜਿਹੜੀ ਤੁਹਾਡੇ ਘਰ 'ਚ ਆਈ ਆ, ਉਹਨੂੰ ਸੁਣਾਉਣ ਲੱਗ ਜਾਂਦੇ ਉਹ ਕਿੱਧਰ ਜਾਵੇ। ਰਹਿੰਦੀ ਹੁੰਦੀ ਵੀਰੇ ਦੀ, ਵੀਰੇ ਨੇ ਜਮਾਂ ਹੀ ਹੱਦ ਕਰਤੀ, ਫੋਨ ਲਾ ਕੇ ਮੈਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਵੀ ਮਨਪ੍ਰੀਤ ਭੈਣੇ ਕਿਵੇਂ ਆ ਜਾਂ ਕਿਵੇਂ ਨਹੀਂ। ਮੰਮੀ ਨੂੰ ਫੋਨ ਲਾ ਕੇ ਕਹਿੰਦੀ ਹਾਂ ਵੀ ਜੇ ਭੇਜਣਾ ਤਾਂ ਵੀਰੇ ਨੂੰ ਹੁਣ ਭੇਜ ਦਿਓ, ਨਹੀਂ ਇਹ ਤੋਂ ਬਾਅਦ ਮੇਰੇ ਕੋਲ ਕੋਈ ਨਾ ਆਇਓ। ਹੁਣ ਸਾਰੇ ਕੰਮ ਕਾਰ ਮੈਨੂੰ ਕਰਨੇ ਪੈਂਦੇ ਨੇ, ਮੈਸਾਂ ਦਾ ਤੈਨੂੰ ਪਤਾ ਤਾਂ ਹੈਗਾ, ਤੂੰ ਤਾਂ ਵਿਹਲਾ ਹੈ, ਤੈਨੂੰ ਤਾਂ ਗੱਲਾਂ ਉੱਠਦੀਆਂ ਨੇ। ਓਏ ਆਹੋ ਮੈਂ ਤਾਂ ਆਪੀ ਵਿਹਲਾ, ਉਹ ਜਿੱਦੇ ਕਿਤੇ ਕੰਮ ਜਾਣਾ ਹੁੰਦਾ ਨਾ ਮੈਂ ਹੋਰ ਕੰਮ ਨਹੀਂ ਵਿੜਦਾ, ਮੈਨੂੰ ਫਿਰ ਉਹਦੀ ਸੋਚ ਹੁੰਦੀ ਵੀ ਆਪਾਂ ਟਾਈਮ ਤੇ ਕਰੀਏ। ਉਹ ਟਾਈਮ ਦੇ ਬਾਪ, ਉਹ ਤਾਂ ਛੱਡ ਤੂੰ, ਮੈਨੂੰ ਐਂ ਦੱਸ ਉਹ ਦੇਖ ਸਾਹਮਣੇ ਉਹ ਬੁੜੀ ਜੀ ਖੜੀ ਹੈ ਕੋਈ, ਚੜਾਈਏ ਕਿ ਨਾ? ਉਹ ਹੈਗੀ ਤਾਂ ਬੁੜੀ ਜੀ ਹੈ, ਚੜਾ ਲੈਂਦੇ ਹਾਂ, ਪਰ ਉਹ ਅੱਜ ਕੱਲ੍ਹ ਟਾਈਮ ਕੋਈ ਨਹੀਂ, ਕੀ ਪਤਾ ਕੀ ਲਈ ਫਿਰਦੀ ਹੋਵੇ, ਚੱਲ ਐਂ ਹੱਥ ਜਿਹਾ ਮਾਰੀ ਜਾਂਦੀ ਹੈ, ਮੈਂ ਕਹਿੰਦਾ ਚੜਾ ਹੀ ਲੈ ਵਿਚਾਰੀ ਨੂੰ। ਉਹ ਚੱਲ ਐਂ ਹੁੰਦਾ ਵਿਹਲੇ, ਬੁੜੇ ਬੰਦੇ ਦਾ ਤਾਂ ਪੁੰਨੇ ਹੈ, ਜਾਣਾ ਆਉਣਾ ਕਿਤੇ ਵਿਚਾਰੀ ਨੇ, ਤੈਨੂੰ ਪਤਾ ਅੱਜ ਕੱਲ੍ਹ ਦੇ ਜਵਾਕ ਕਿੱਥੇ ਲੈ ਕੇ ਜਾਂਦੇ ਨੇ। ਅੱਛਾ
ਹਾਂਜੀ ਬੇਬੇ ਜੀ। ਬੇ ਪੁੱਤ ਕਿੱਥੇ ਜਾਊਂਗੀ? ਬਸ ਤਾਂ ਬੇਬੇ ਸੁਨਾਮ ਚੱਲੇ ਹਾਂ। ਬੇ ਪੁੱਤ ਮੇਰੀ ਬੱਸ ਲੰਘ ਗਈ, ਮੈਨੂੰ ਲੈ ਜਾਓ ਉੱਥੇ ਤੱਕ। ਕੋਈ ਨਾ ਬੇਬੇ ਬਹਿ ਜਾ, ਚੱਲ ਲਹਿਰੇ ਤੁੱਕ ਜਾਣਾ ਮੈਂ। ਕੋਈ ਨਾ, ਛੱਡ ਦੇਣੇ ਤੈਨੂੰ ਲਹਿਰੇ ਬੇਬੇ। ਚੱਲ ਬੇਬੇ ਤੈਨੂੰ ਅਸੀਂ ਨਾ ਜਾਂਦਿਆਂ ਦੇ ਲਹਿਰੇ ਬੱਸ ਸਟੈਂਡ ਹੀ ਤਾਰ ਦਿੰਦੇ ਹਾਂ, ਨਾਲੇ ਤੇਰੇ 4 ਪੈਸੇ ਬਚ ਜਾਣਗੇ। ਬਾਈਪਾਸ 'ਤੇ ਕਿੱਥੇ ਉਤਰੇਂਗੀ? ਕੋਈ ਨਾ ਪੁੱਤ, ਤੂੰ ਮੈਨੂੰ ਬਾਈਪਾਸ 'ਤੇ ਹੀ ਲਾ ਦੀ, ਆਹ 10 ਰੁਪਈਆਂ ਦਾ ਕੀ ਹੁੰਦਾ ਹੈ? ਓਹੋ ਬੇਬੇ ਉਹ ਗੱਲ ਨਹੀਂ ਹੈਗੀ, ਤੇਰੇ ਕਿਤੇ ਹੋਰ ਕੰਮ ਆ ਜਾਣਗੇ ਪੈਸੇ, ਨਾਲੇ ਬੁੜੇ ਬੰਦੇ ਨੂੰ ਤਾਂ 10-10 ਰੁਪਈਏ ਸਹਾਈ ਹੁੰਦੇ ਨੇ। ਗੱਲ ਤਾਂ ਤੇਰੀ ਸਹੀ ਹੈ ਪੁੱਤ, ਮੈਂ ਗਰੀਬ ਨਹੀਂ ਹੈਗੀ, ਮੈਂ 20 ਕਿੱਲਿਆਂ ਦੀ ਮਾਲਕ ਹਾਂ। ਹੈਂ ਬੇਬੇ 20 ਕਿੱਲਿਆਂ ਦੀ? ਫਿਰ ਬੇਬੇ ਤੂੰ ਐਂ ਕਿਉਂ ਖੜੀ ਆ ਰਸਤੇ 'ਚ? ਤੇਰਾ ਕੋਈ 30 ਪੁੱਤ ਨਹੀਂ ਸੀ ਜਿਹੜਾ ਤੈਨੂੰ ਛੱਡਣ ਨਹੀਂ ਆਇਆ? ਹੈਗੇ ਨੇ ਪੁੱਤ, 30 ਪੁੱਤ ਵੀ ਹੈਗੇ ਨੇ। ਫਿਰ ਸੁਣ ਮੇਰੀ ਕਹਾਣੀ। ਦੇਖੀ ਸਾਰਾ ਦਿਨ ਨਹੀਂ ਆ ਜੁੱਬੜ ਨੂੰ ਲਾਉਂਦਾ ਹੈਗਾ, ਇਹਨੂੰ ਗਰਮੀ ਨਹੀਂ ਆਉਂਦੀ ਹੈਗੀ, ਇਹਨੂੰ ਪੁੱਤ ਦੀ ਇਹੀ ਜਿਹੀ ਧੁੱਪ ਪੈਂਦੀ ਹੈ ਹੁਣ। ਬੇ ਮੁੰਡਿਆ ਆ ਜੁੱਬੜ ਨੂੰ ਲਾ ਦਿਆ ਕਰ, ਤੂੰ ਸਾਰਾ ਦਿਨ ਟੰਗੀ ਰੱਖਦਾ ਇਹਨੂੰ ਮੋਢਿਆਂ 'ਤੇ, ਹੁਣ ਤਾਂ ਧੁੱਪ ਵੀ ਇੰਨੀ ਤੇਜ਼ ਪੈਂਦੀ ਹੈਗੀ। ਕਮਾਲ ਕਰੀ ਜਾਂਦੀ ਹੈ ਚਾਚੀ ਤੂੰ, ਪਾਲਾ ਲੱਗਦਾ ਸਾਨੂੰ, ਤੈਨੂੰ ਕੀ ਲੱਗਦਾ ਵੀ ਮੈਂ ਊਂ ਹੀ ਲਈ ਫਿਰਦਾ? ਸਹੁੰ ਲੱਗੇ ਜਦੋਂ ਖੇਤ ਜਾਂਦਾ ਨਾ, ਮੇਰੇ ਤਾਂ ਹੱਥ ਠਰ ਜਾਂਦੇ ਨੇ। ਅਰ ਤੂੰ ਮੈਨੂੰ ਤਾਂ ਕਹਿ ਨਹੀਂ ਹੈ, ਮਾੜਾ ਮੋਟਾ ਆਪਦੇ ਕਿ ਨਹੀਂ ਦੇਖ, ਹਾਂ ਤੂੰ ਤੂੰ ਇਹ ਵੀ ਜੁੱਬੜੀ ਹੈ। ਲੈ ਦੇਖ ਲੈ, ਮੈਨੂੰ ਐਂ ਦੱਸ ਮੈਂ ਤੇਰੀ ਕੀ ਰੀਸ ਕਰੂੰ ਭਲਾ, ਮੈਂ ਤਾਂ ਬੁੜੀ ਠੇਰੀ, ਮੈਨੂੰ ਤਾਂ ਠੰਡ ਲੱਗੇ ਅਤੇ ਤੈਨੂੰ ਵੀ ਪਾਲਾ ਲੱਗ ਜੇ। ਲੈ ਚਾਚੀ ਕਮਾਲ ਕਰਦੀ ਹਾਂ, ਹਜੇ ਕਹਿੰਦੀ ਤੈਨੂੰ ਵੀ ਪਾਲਾ ਲੱਗ ਜੇ। ਉਹ ਮੈਂ ਕੀ ਭਗਵੰਤ ਮਾਨ ਹਾਂ ਵੀ ਜਾਗਟਾਂ ਬਦਲ ਬਦਲ ਕੇ ਪਾਉਣਾ ਗਰਮ? ਹੈਂ ਪਾਲਾ ਤਾਂ ਸਭ ਨੂੰ ਲੱਗਦਾ, ਬਸ ਇੱਕ ਤੂੰ ਮੰਨਦੀ ਨਹੀਂ, ਤਾਂ ਹੀ ਅੱਧਾ ਸੋਲ ਜਿਹਾ ਤਾਰ ਰੱਖਿਆ ਤੈਂ। ਨਾਲੇ ਤੇਰੇ ਵੀ ਕੰਨ ਬੌਲੇ ਹੋ ਗਏ, ਮੈਨੂੰ ਲੱਗਦਾ ਮਸ਼ੀਨ ਲਵਾਉਣੀ ਪਊਗੀ। ਆ ਫੋਨ ਵੱਜ ਰਿਹਾ, ਚੱਕ ਲੈ, ਮੇਰੇ ਨਾਲ ਮੜਿੱਕੀ ਜਾਂਦੀ ਹੈ, ਚੱਕ ਲੈ ਹੁਣ। ਬੇ ਇਹ ਵੀ ਤੂੰ ਹੀ ਭੁਲਾ ਦਿੰਦਾ ਮੈਨੂੰ, ਉਹ ਤਾਂ ਨਹੀਂ ਬਥੇਰਾ ਚੱਕਦਾ, ਤੇਰੀਆਂ ਗੱਲਾਂ 'ਚ ਹੀ ਨਹੀਂ ਸੁਣਦਾ। ਮੈਂ ਕਿਹੜਾ ਸਾਰਾ ਦਿਨ ਉਰੇ ਰਹਿਣਾ, ਮੈਂ ਤਾਂ ਚਾਹ ਪੀਣ ਆਉਣਾ। ਬੇ ਕਾਹਨੂੰ ਪੁੱਤ, ਚੱਕ ਗੱਲ ਕਰ ਲੈ ਚੰਗਾ। ਹੈਲੋ ਹੈਲੋ ਮਾਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ, ਮਨਪ੍ਰੀਤ ਕਿਵੇਂ ਹੈ? ਠੀਕ ਹਾਂ ਮਾਂ, ਤੂੰ ਦੱਸ। ਮੈਂ ਤਾਂ ਠੀਕ ਹਾਂ, ਤੇਰੀ ਆਵਾਜ਼ ਮੈਨੂੰ ਰੋਂਦੀ ਜੀ ਕਿਉਂ ਲੱਗਦੀ ਹੈ? ਓਹੋ ਰੋਨੀ ਕਦੋਂ ਆ ਮਾਂ, ਮੈਂ ਤਾਂ ਗੰਢੇ ਚੀਰੀ ਜਾਂਦੀ ਸੀ। ਡੀਕੀ ਜਾਣੀ ਉਹਨੂੰ ਕੱਲ ਦੀ, ਆਇਆ ਹੀ ਨਹੀਂ ਉਹ। ਆਇਆ ਨਹੀਂ ਪੁੱਤ ਕੱਲ? ਨਾ ਮੰਮੀ, ਮੇਰੇ ਕੋਲ ਤਾਂ ਕੋਈ ਵੀ ਨਹੀਂ ਆਇਆ। ਇੱਥੋਂ ਤਾਂ ਕੱਲ ਗਏ ਸੀ ਗੱਡੀ 'ਚ, ਮੈਂ ਤਾਂ ਆਖਿਆ ਕਿਤੇ ਫੜਾਇਆ ਏ ਤੇਰਾ ਸੰਧਾਰਾ। ਮੈਂ ਤਾਂ ਕੱਲ ਦੀ ਕਮਲਿਆਂ ਵਾਂਗੂ ਡੀਕਣ ਲੱਗੀ ਆ ਵੀ ਮੇਰਾ ਵੀਰਾ ਹੁਣ ਵੀ ਆਊ ਹੁਣ ਵੀ ਆਊ, ਵਾਰ ਵਾਰ ਗੇਟ ਵੱਲ ਦੇਖੀ ਜਾਂਦੀ ਆ, ਕੋਈ ਨਹੀਂ ਪਹੁੰਚਿਆ ਮੇਰੇ ਕੋਲ ਤਾਂ। ਇੱਥੋਂ ਤਾਂ ਕੱਲ ਗਏ ਸੀ ਗੱਡੀ 'ਚ, ਮੈਂ ਤਾਂ ਆਖਿਆ ਕਿਤੇ ਫੜਾਇਆ ਏ ਤੇਰਾ ਸੰਧਾਰਾ।
ਮੈਂ ਤਾਂ ਕੱਲ ਦੀ ਕਮਰਿਆਂ ਵਾਂਗੂ ਡੀਕਣ ਲੱਗੀ ਆ ਵੀ ਮੇਰਾ ਵੀਰਾ ਹੁਣ ਵੀ ਆਊ ਵਾਰ ਵਾਰ ਗੇਟ ਵੱਲ ਦੇਖੀ ਜਾਂਦੀ ਆ ਕੋਈ ਨੀ ਪਹੁੰਚਿਆ ਮੇਰੇ ਕੋਲ ਤਾਂ ਚੱਲ ਕੋਈ ਨਾ ਪੁੱਤ ਤੂੰ ਦਿਲ ਥੋੜਾ ਨਾ ਕਰ ਖੈਰ ਜਦੋਂ ਐ ਹੁੰਦਾ ਵੀ ਭੈਣ ਭਾਈ ਆਊਗਾ ਉਡੀਕ ਤਾਂ ਹੁੰਦੀ ਉਹ ਐ ਮੈਂ ਪੁੱਛਦੀ ਆ ਨਾ ਕਰਦੀ ਆ ਮੈਂ ਗੱਲ ਮੈਂ ਭੈਣ ਨੂੰ ਵੀ ਫੋਨ ਲਾਇਆ ਸੀ ਮੈਂ ਕਿਹਾ ਕਿਤੇ ਉਹਦੇ ਕੋਲ ਨਾ ਪਹਿਲਾਂ ਵਗ ਗਏ ਹੋਣ ਭੈਣ ਕਹਿੰਦੀ ਮੇਰੇ ਕੋਲੇ ਵੀ ਕੋਈ ਨੀ ਆਇਆ ਉਹਦੇ ਕੋਲ ਵੀ ਨੀ ਪਹੁੰਚੇ ਹਲੇ ਨਾ ਮਾਂ ਕਿਸੇ ਕੋਲੇ ਵੀ ਨੀ ਗਏ ਮੈਨੂੰ ਤਾਂ ਕਹਿੰਦੇ ਸੀ ਵੀ ਜਾ ਕੇ ਆਵਾਂਗੇ ਜਾ ਕੇ ਆਵਾਂਗੇ ਮੈਨੂੰ ਤਾਂ ਆਈ ਸੀ ਮਾਂ ਵਗ ਗਏ ਹੋਣਾ 2 ਦਿਨ ਹੋ ਗਏ ਰੋਜ਼ ਜਾਂਦੇ ਨੇ ਗੱਡੀ ਲੈ ਕੇ ਚੱਲ ਮੰਮੀ ਮੈਂ ਤਾਂ ਤੈਨੂੰ ਇਹੀ ਕਹਿਣਾ ਸੀ ਵੀ ਵੀਰੇ ਨੂੰ ਪੁੱਛ ਲਈ ਜੇ ਤਾਂ ਆਉਣਾ ਅੱਜ ਸ਼ਾਮ ਤੱਕ ਮੇਰੇ ਕੋਲ ਆ ਜੇ ਨਹੀਂ ਫਿਰ ਇਦੋਂ ਬਾਅਦ ਤਾਂ ਬਸ ਰਹਿਣ ਹੀ ਦੇਵੇ ਕੋਈ ਨਾ ਉਹਨੂੰ ਕੰਮ ਜ਼ਿਆਦਾ ਜ਼ਰੂਰੀ ਹੈ ਨਾ ਉਹ ਆਪਦੇ ਕੰਮ ਕਾਰ ਕਰ ਲਵੇ ਕੋਈ ਨਾ ਤੂੰ ਮੰਨ ਕੇ ਹੌਲਾ ਕਰਦੀ ਹੈ ਮੈਂ ਪੁੱਛਦੀ ਹਾਂ ਹੁਣੀ ਇਹਨਾਂ ਨੂੰ ਵੀ ਭਾਈ ਕਿਉਂ ਨਹੀਂ ਗਏ ਹੈਗੇ ਨਹੀਂ ਲੜਦੀ ਕਾਹਨੂੰ ਆ ਮੈਂ ਸਬਹਿ ਕੇ ਪੁੱਛੂੰਗੀ ਵੀ ਭਾਈ ਕੀ ਗੱਲ ਹੋ ਗਈ ਕਿਉਂ ਨਹੀਂ ਕੁੜੀਆਂ ਕੋਲੇ ਪਹੁੰਚੇ ਤੁਸੀਂ ਕੀ ਪਤਾ ਕੋਈ ਜ਼ਰੂਰੀ ਕੰਮ ਪੈ ਗਿਆ ਹੋਵੇ ਘਰ ਕੰਮ ਤਾਂ ਪੈ ਜਾਂਦੇ ਨੇ ਪੁੱਤ ਇਹ ਤੈਨੂੰ ਪਤਾ ਹੀ ਹੈ ਕੋਈ ਨਾ ਮੈਂ ਕਰਦੀ ਆ ਗੱਲ ਹੁਣੀ ਤੇਰੀ ਭਾਬੀ ਨਾਲ ਜੇ ਨਾ ਇਸ ਵਾਰੀ ਵੀਰਾ ਮਾੜਾ ਜਿਹਾ ਲੇਟ ਕੀ ਹੋ ਗਿਆ ਮੇਰੇ ਕੋਲੇ ਆਉਣ ਵੱਲੋਂ ਮੇਰੀ ਸੱਸ ਨੇ ਮੇਰਾ ਜਲੂਸ ਕੱਟਿਆ ਪਿਆ ਮਾਂ ਵਾਰ ਵਾਰ ਮੈਨੂੰ ਤਾਨੇ ਮੇਰੇ ਦੇਈ ਜਾਂਦੀ ਆ ਤੇਰੇ ਪੇਕਿਆਂ ਤੋਂ ਨਹੀਂ ਕੋਈ ਆਉਂਦਾ ਟਾਈਮ ਸਿਰ ਚੱਲ ਕੋਈ ਨਾ ਪੁੱਤ ਜੇ ਤਾਂ ਇਹਨਾਂ ਦਾ ਟਾਈਮ ਲੱਗਾ ਤਾਂ ਆਉਣਗੇ ਨਹੀਂ ਮੈਂ ਆ ਜਾਊਂਗੀ ਚੱਲ ਠੀਕ ਆ ਮਾਂ ਹਾਂ ਤੂੰ ਐਵੇਂ ਨਾ ਮੈਨੂੰ ਤਾਂ ਪਹਿਲੀ ਲੱਗਿਆ ਸੀ ਵੀ ਜਿਵੇਂ ਤੂੰ ਰੋਨੀ ਹੁੰਦੀ ਆ ਤੈਂ ਤੂੰ ਮੈਨੂੰ ਗੰਢਿਆ ਤਾਂ ਤਾ ਦੀ ਆ ਤੂੰ ਸੱਚੀ ਰੋ ਰਹੀ ਹੈਗੀ ਚੱਲ ਤੂੰ ਵੀਰੇ ਉਹਨਾਂ ਨਾਲ ਲੜੀ ਨਾ ਤੇ ਪੁੱਛ ਲਈ ਉਹਨਾਂ ਨੂੰ ਵੀ ਜੇ ਆਉਣਾ ਤਾਂ ਅੱਜ ਆ ਜਾਣ ਨਹੀਂ ਕੋਈ ਲੋੜ ਨਹੀਂ ਆਉਂਦੀ ਕੋਈ ਨਾ ਕੋਈ ਨਾ ਤੂੰ ਇੰਨਾ ਨਾ ਬਲਾ ਟਕੜਾ ਮੈਂ ਕਰਦੀ ਆ ਗੱਲ ਉਹਨਾਂ ਨਾਲ ਹੈਲੋ ਠੀਕ ਆ ਮਾਂ ਚੰਗਾ ਪੁੱਤ ਜਦੋਂ ਵੀਰ ਕੁਵਾਰੇ ਹੋਣ ਨਾ ਉਦੋਂ ਤੱਕ ਭੈਣਾਂ ਦਿਸਦੀਆਂ ਜਦੋਂ ਵਿਆਹੇ ਭਰੇ ਜਾਣ ਉਦੋਂ ਕੋਈ ਨੀ ਪੁੱਛਦਾ ਲੈ ਦੱਸ ਹੁਣ ਤੱਕ ਨਹੀਂ ਪਹੁੰਚਿਆ ਹੈਗਾ ਲੈ ਜਵਾਖੜੀ ਕਿਵੇਂ ਰੋਣ ਲੱਗ ਰਹੀ ਹੈ ਫੋਨ ਤੇ ਦੇਖ ਲੈ ਕੀ ਹੋ ਗਿਆ ਚੀ ਬੇ ਹੋਣਾ ਕੀ ਤੀ ਭਾਈ ਆ ਜਾ ਸੁਣ ਲੈ ਤੇਰੀਆਂ ਗੱਲਾਂ ਤਾਂ ਮੈਨੂੰ ਸੁਣ ਗਈਆਂ ਫੋਨ ਕਿਹਦਾ ਦੀ ਆਉਂਦਾ ਸੀ ਮਨਪ੍ਰੀਤ ਦਾ ਫੋਨ ਤਾਂ ਅਤੇ ਸੰਧਾਰਾ ਲੈ ਕੇ ਹੁਣ ਤੁੱਕ ਨਹੀਂ ਪਹੁੰਚੇ ਹੈਗੇ ਉਹ ਕੁੜੀ ਡੀਕਦੀ ਹੈ ਰੋਜ਼ ਉਹਦੀ ਸੱਸ ਲੜਦੀ ਆ ਉਹਦੇ ਨਾਲ ਫਿਰ ਉਹ ਤਾਂ ਚਾਚੀ ਲੜਨੀ ਤੀ ਹੁਣ ਅਗਲੀ ਕਹਿੰਦੀ ਵੀ ਤੇਰਾ ਕੋਈ ਬਾਲੀ ਵਾਰਸ ਕੋਈ ਹੈ ਹੀ ਨਹੀਂ ਹੈਗਾ ਉਹੀ ਤਾਂ ਗੱਲ ਹੈ ਪੁੱਤ ਹੁਣ ਟਾਈਮ ਹੈ ਕਿਤੇ ਖਾ ਖਾ ਸੰਧਾਰੇ ਪੁਰਾਣੇ ਵੀ ਕਰਤੇ ਲੋਕਾਂ ਨੇ ਚੱਲ ਦੇਰ ਸਵੇਰ ਤਾਂ ਹੋ ਜਾਂਦੀ ਹੁੰਦੀ ਆ ਫਿਰ ਹੁਣ ਵੀ ਦਿਆ ਉਹ ਕਹਿੰਦੇ ਇਹਨਾਂ ਨੂੰ ਬਈ ਮੈਨੂੰ ਤਾਂ ਐਂ ਸੀ 2 ਦਿਨ ਹੋ ਗਏ ਗੱਡੀ ਲੈ ਕੇ ਜਾਂਦਿਆਂ ਨੂੰ ਮਹਾਂ ਲੈ ਕਿਤੇ ਦੇ ਆਏ ਸੰਧਾਰਾ ਓਹੋ ਚਾਚੀ ਤੈਨੂੰ ਪਤਾ ਤਾਂ ਹੈਗਾ ਸਾਰਾ ਦਿਨ ਤਾਂ ਕਲੱਬ ਵਾਲੇ ਨਾਲ ਫਿਰੀ ਜਾਂਦਾ ਬਾਈ ਕੀ ਪਤਾ ਲੱਗਦਾ ਸੰਧਾਰਾ ਦੇਣ ਗਿਆ ਸੀ ਕਿ ਕਲੱਬ ਵਾਲੇ ਨਾਲ ਗਿਆ ਸੀ ਬੇ ਪੁੱਤ ਟਾਈਮ ਤਾਂ ਕੱਢਣਾ ਚਾਹੀਦਾ ਦੇਖ ਧੀਆਂ ਟਹਿਣੀਆਂ ਵਾਸਤੇ ਉਹ ਵੀ ਆਸ ਕਰਦੀਆਂ ਨੇ ਕੀ ਆ 200 ਬਿਸਕੁਟ ਤਾਂ ਉਹਨਾਂ ਦੇ ਘਰੇ ਹੁੰਦੇ ਹੀ ਨੇ ਚਾਚੀ ਐਂ ਤਾਂ ਸਾਰਾ ਕੁਛ ਹੁੰਦਾ ਸਾਰਿਆਂ ਦੇ ਘਰੇ ਇੱਕ ਬਸ ਚਾਚੀ ਇਹ ਹੁੰਦਾ ਵੀ ਮੇਰਾ ਭਾਈ ਸੰਧਾਰਾ ਲਿਆਊਗਾ ਹਨਾ ਚਾਈ ਬਹੁਤ ਚੜਦਾ ਗਗਨ ਨਹੀਂ ਤੁਸੀਂ ਮਨਪ੍ਰੀਤ ਉਹਨਾਂ ਕੋਲੇ ਗਏ ਨਹੀਂ ਹੈਗੇ ਸੰਧਾਰਾ ਲੈ ਕੇ ਤੈਨੂੰ ਕੌਣ ਕਹਿੰਦਾ ਮੰਮੀ ਉਹ ਤਾਂ ਜੀ ਚਾਚੀ ਨੂੰ ਤਾਂ ਪਤਾ ਲੱਗਿਆ ਮਨਪ੍ਰੀਤ ਦਾ ਫੋਨ ਆਇਆ ਸੀ ਮੈਂ ਉਰੀ ਤੈਨੂੰ ਪੁੱਛਿਆ ਮੈਂ ਲੈ ਦੇਖ ਕਿਵੇਂ ਬੋਲਦੀ ਹੈਗੀ ਐਂ ਨਹੀਂ ਵੀਰ ਪੁੱਠਾ ਬੋਲਿਆ ਕਰਦੇ ਹੁਣ ਕੁੜੀ ਦਾ ਫੋਨ ਆਇਆ ਸੀ ਉਹਨੇ ਦੱਸਤਾ ਵੀ ਭਾਈ ਮੀ ਮਾਂ ਮੇਰਾ ਸੰਧਾਰਾ ਲੈ ਕੇ ਹਲੇ ਆਏ ਨਹੀਂ ਨਾ ਉਹਦੇ ਕੋਲੇ ਗਏ ਵੱਡੀ ਕੋਲੇ ਨਾ ਇਹਦੇ ਕੋਲੇ ਗਏ ਤੇ ਇਹ ਲਵੇ ਬੈਠਾ ਗੱਲਾਂ ਸੁਣਨ ਲੱਗ ਰਿਹਾ ਸੀਗਾ
ਅੱਛਾ ਭਰਤੇ ਫਿਰ ਕੰਨ ਕੁੜੀ ਨੇ। ਉਹ ਤਾਂ ਜੀ ਫੇਰ ਮੇਥੋਂ ਵਿੱਚ ਬੋਲਿਆ ਜਾਂਦਾ, ਇਹਦੇ ਵਿੱਚ ਕੰਨ ਭਰਨ ਵਾਲੀ ਕੀ ਗੱਲ ਹੈ? ਤਾਂ ਮਨਪ੍ਰੀਤ ਨੇ ਦੱਸਤਾ ਹੋਣਾ ਕਿਉਂਕਿ ਤਿਉਹਾਰ ਲੰਘ ਗਿਆ, ਤੁਸੀਂ ਆਏ ਨੀ। ਮੈਂ ਵੀ ਤਾਂ ਸੰਧਾਰਾ ਤੇ ਆਇਆ ਮੇਰੀ ਭੈਣ ਦਾ। ਤੂੰ ਚਾਹ ਪੀ ਲਈ, ਰੋਟੀ ਖਾ ਲਈ, ਤੂੰ ਉਹਦੇ ਕੰਮ ਤੱਕ ਮਤਲਬ ਰੱਖ, ਸੀਰੀਆਂ ਸੀਰੀ ਬਣ ਕੇ ਰਹਿ। ਉਹ ਪਿਆਗਾ ਢੋਲਾ ਲੈ ਜਾ ਆਰੋ ਤੋਂ ਪਾਣੀ ਲੈ ਕੇ ਆ, ਉਹੀ ਘਰ ਦੀਆਂ ਗੱਲਾਂ 'ਚ ਨਾ ਇੰਟਰਫੇਅਰ ਕਰਿਆ ਕਰ। ਮੇਰੀ ਗੱਲ ਸੁਣ ਲੈ ਵੀਰ, ਪਹਿਲਾਂ ਤਾਂ ਇਹਦਾ ਪਿਓ ਸਾਰੀ ਉਮਰ ਕੱਢ ਗਿਆ ਹੈ, ਇਹ ਮੇਰਾ ਸੀਰੀ ਨਹੀਂ ਹੈਗਾ, ਮੇਰੇ ਪੁੱਤ ਦੇ ਬਰਾਬਰ ਹੈ, ਮੈਨੂੰ ਤਾਰੀ ਦੇ ਇਹ ਦੂਜਾ ਪੁੱਤ ਹੈ ਮੇਰਾ ਇਹ। ਨਾਲੇ ਮੈਨੂੰ ਐਂ ਦੱਸ, ਜਦੋਂ ਤੈਨੂੰ ਸਾਰੀ ਕਬੀਲਦਾਰੀ ਮੈਂ ਸੰਭਾਲਤੀ, ਫਿਰ ਉਹਦੀ ਹੁਣ ਜ਼ਿੰਮੇਵਾਰੀ ਵੀ ਸਮਝ ਨਾ ਤੂੰ। ਨਾ ਤੂੰ ਕਿਹੜਾ ਪਹਿਲੀ ਆ ਜਿਹਨੇ ਕਬੀਲਦਾਰੀ ਸੰਭਾਈ ਆ, ਸਾਰੀਆਂ ਸੱਸਾਂ ਨੂੰਹਾਂ ਨੂੰ ਕਬੀਲਦਾਰੀ ਸੰਭਾਉਂਦੀਆਂ ਨੇ, ਨਾਲੇ ਮੈਨੂੰ ਵੀ ਪਤਾ ਕਿੱਥੇ ਜਾਣਾ ਕਿੱਥੇ ਨਹੀਂ, ਜਦੋਂ ਟਾਈਮ ਹੋਊ ਅਸੀਂ ਜਾ ਆਵਾਂਗੇ, ਉਹ ਤਾਂ ਵਿਹਲੇ ਨੇ। ਟਾਈਮ ਤਾਂ ਪੁੱਤ ਲੱਗਦਾ ਹੀ ਨਹੀਂ ਹੁੰਦਾ, ਟਾਈਮ ਤਾਂ ਆਪਾਂ ਨੂੰ ਕੱਢਣਾ ਪੈਂਦਾ ਆਪਦੇ ਭੈਣ ਭਾਈ ਖਾਤਰ, ਹੁਣ ਹੱਕ ਤਾਂ ਬਣਦਾ ਹੀ ਹੈ। ਦੇਖ ਜ਼ਿੰਮੇਵਾਰੀ ਨੂੰ ਵੀ ਸਮਝੋ ਆਪਦੀ ਨੂੰ ਤੁਸੀਂ। ਬੇਬੇ ਜ਼ਿੰਮੇਵਾਰੀ ਸੰਭਾਲੀ ਹੋਈ ਆ, ਐਵੇਂ ਮੱਤਾਂ ਨਾ ਦੇ ਮੈਨੂੰ ਤੂੰ। ਪੁੱਤ ਮੇਰੀ ਗੱਲ ਸੁਣ, ਮੈਂ ਕੋਈ ਇਹ ਮੱਤਾਂ ਮੁੱਤਾਂ ਨਹੀਂ ਤੈਨੂੰ ਦਿੰਦੀ, ਜਾਂਦੇ ਹੀ ਹੁੰਦੇ ਨੇ। ਹੁਣ ਮੈਨੂੰ ਐਂ ਦੱਸ, ਆ ਤੇਰੇ ਭਾਈ ਨੂੰ 10 ਦਿਨ ਹੋ ਗਏ ਸੰਧਾਰਾ ਦੇ ਕੇ ਮੁੰਡੇ ਨੂੰ, ਅਤੇ ਜੇ ਨਾ ਆਉਂਦਾ ਫਿਰ ਤੈਨੂੰ ਬੁਰਾ ਨਹੀਂ ਲੱਗਦਾ ਸੀ? ਬੇਬੇ ਉਹ ਤਾਂ ਵਿਹਲੇ ਨੇ, ਅਸੀਂ ਡਿਊਟੀ ਵਾਲੇ ਬੰਦੇ, ਸਾਡੇ ਕੋਲ ਤਾਂ ਇੱਕ ਐਤਵਾਰ ਦਾ ਟਾਈਮ ਹੁੰਦਾ, ਉਦਣ ਅਸੀਂ ਆਪਦਾ ਵੀ ਕੋਈ ਕੰਮ ਕਾਰ ਦੇਖਣਾ, ਕੋਈ 100 ਚੀਜ਼ ਵਾਸਤੇ ਲੈ ਕੇ ਆਉਣੀ ਆ। ਪੁੱਤ ਮੈਂ ਮੰਨਦੀ ਹਾਂ ਤੁਸੀਂ ਡਿਊਟੀ ਕਰਦੇ ਹੋ, ਪਰ ਡਿਊਟੀ ਤੋਂ ਬਾਅਦ ਵੀ ਜਾ ਕੇ ਭਾਵੇਂ 10 ਮਿੰਟ 'ਚ ਜਾ ਕੇ ਮੁੜ ਆਊਂ, ਆ ਲਵੇ ਤਾਂ ਹੈਗੀ ਹੈ, ਕਿਹੜਾ ਦੂਰ ਦੂਰ ਨੇ ਉਹ। ਕੋਈ ਨਾ ਬੇਬੇ, ਕੱਢ ਲਾਂਗੇ ਟਾਈਮ, ਜਾ ਆਵਾਂਗੇ, ਕਹਿ ਦੂੰਗੀ ਮੈਂ ਇਹਨੂੰ। ਦੇਖ ਲਓ ਭਾਈ, ਤੁਹਾਡੀ ਮਰਜ਼ੀ ਹੈ, ਮੇਰਾ ਤਾਂ ਕਹਿਣਾ ਹੀ ਹੈਗਾ। ਹੁਣ ਚਾਹ ਪਾਣੀ ਪੀ ਲਾਂ ਮੈਂ? ਨਹੀਂ, ਪੀ ਲੈ ਚਾਹ ਦੀ ਘੁੱਟ, ਪੀ ਲੈ ਜਾ ਕੇ। ਜਮੀ ਸਰਿਆ ਪਿਆ ਭਾਈ, ਦੇਖ ਲੈ, ਸੰਭਾਲ ਲੈ ਇਹਨਾਂ ਨੂੰ ਕਬੀਲਦਾਰੀਆਂ, ਕੋਈ ਜ਼ਿੰਮੇਵਾਰੀ ਨੂੰ ਜ਼ਿੰਮੇਵਾਰੀ ਸਮਝਦਾ ਹੀ ਨਹੀਂ, ਪਤਾ ਨਹੀਂ ਕੀ ਲੋੜਾ ਲੈਣ ਆ ਰਿਹਾ ਹੈਗਾ ਜਵਾਕਾਂ ਜਿਹਾ ਨੂੰ। ਦੇਖ ਕਿਵੇਂ ਪਖੰਡ ਕਰਦੀ ਹੈ, ਰੋ ਰੋ ਕੇ ਸੁਣਾਉਂਦੀ ਹੈ। ਆਹੋ ਫਿਰ ਉਹ ਵੀ ਜਿੰਨੇ ਚਿਰ ਰੋਵੇ ਨਾ, ਉਹਨਾਂ ਨੂੰ ਵੀ ਸੁਰਤ ਨਹੀਂ ਆਉਂਦੀ। ਹੁਣ ਦਾਗ ਦਿੱਤੇ ਤੋਂ ਫਿਰ ਤੁਰਨਗੇ ਸੰਧਾਰਾ ਲੈ ਕੇ। ਉਹ ਗੱਲ ਕਰਤੀ ਅਖੇ ਨਾਲੇ ਬੱਕਰੀ ਨੇ ਦੁੱਧ ਦਿੱਤਾ, ਨੇ ਦਿੱਤਾ ਮੀਂਗਣਾ ਘੋਲ ਕੇ, ਹੁਣ ਕੀ ਲੈ ਕੇ ਆਉਣਗੇ? ਆਪਦੀ ਤਾਂ ਜਿਹੋ ਜਿਹੀ ਹੈਗੀ ਹੈ ਇਹਨਾਂ ਦੀ, ਹੈਗੀ ਇੱਜ਼ਤ, ਮੇਰੀ ਇੱਜ਼ਤ ਵੀ ਗਾਲ ਕੇ ਰੱਖਤੀ ਆਸ ਕਮਾਂਡ 'ਚ, ਅਗਲਾ ਹਰੇਕ ਕਹਿ ਦਿੰਦਾ। ਇਹਦੀ ਨੂੰਹ ਦਾ ਸੰਧਾਰਾ ਸਾਰਿਆਂ ਨੂੰ ਲੇਟ ਆਉਂਦਾ ਹੈ। ਬੇਦਾਰੀ ਮੇਰੀ ਗੱਲ ਸੁਣ। ਕੀ ਗੱਲ ਸੁਣਾ ਮਾਂ ਤੇਰੀ? ਹੁਣ ਸੁਣ ਲਈ ਨਹੀਂ ਹੁੰਦੇ ਭਾਈ, ਕਦੇ ਮਾਂ ਪਿਓ ਦੀ ਵੀ ਗੱਲ ਸੁਣ ਲਿਆ ਕਰੋ। ਹਾਂ ਦੱਸ। ਮੈਨੂੰ ਐਂ ਦੱਸ, ਕੁੜੀਆਂ ਕੋਲੇ ਪਹੁੰਚਿਆ ਨਹੀਂ ਸੰਧਾਰਾ ਲੈ ਕੇ ਤੂੰ? ਮਾਂ ਕਿੱਥੋਂ ਲੈ ਜਾ ਸੰਧਾਰਾ, ਟਾਈਮ ਹੈਗਾ? ਦੇਖ ਪੁੱਤ, ਟਾਈਮ ਤਾਂ ਕੱਢਣਾ ਹੀ ਪੈਂਦਾ। ਉਹ ਚਾਹ ਕਦੀਆਂ ਨੇ ਵਿਚਾਰੀਆਂ, ਦੇਖੀ ਰੋਜ਼ ਉਡੀਕਦੇ ਨੇ ਵੀ ਅੱਜ ਵੀ ਆਊ ਮੇਰਾ ਭਾਈ, ਅੱਜ ਵੀ ਆਊ। ਨਾ ਉਹਨਾਂ ਨੂੰ ਖਾਣ ਨੂੰ ਮਿਲਦਾ ਨਹੀਂ ਕੁਛ, ਉਹ ਮੇਰੇ ਸੰਧਾਰੇ 'ਤੇ ਬੈਠੇ ਨੇ ਵੀ ਹਾਂ ਮੈਂ ਸੰਧਾਰਾ ਦੇ ਕੇ ਆਊਂ, ਫਿਰ ਉਹ ਖਾਣਗੀਆਂ। ਪੁੱਤ ਖਾਣ ਨੂੰ ਸਭ ਕੁਛ ਹੁੰਦਾ ਅਗਲੇ ਦੇ ਘਰੇ, ਇਹ ਤਾਂ ਇੱਕ ਮਾਣ ਹੁੰਦਾ ਧੀ ਭੈਣ ਦਾ। ਮਾਣ ਹੁੰਦਾ, ਮੇਰੀ ਗੱਲ ਸੁਣ ਲਾ। ਰੋਟੀ ਖਾ ਲਓ, ਇਹ ਤਾਂ ਪਹਿਲਾਂ ਮੇਰਾ ਬਥੇਰਾ ਦਿਮਾਗ ਖਾ ਕੇ ਹਟੀ ਆ। ਚੱਲ ਮੈਂ ਆ ਗਿਆ, ਮੇਰੀ ਗੱਲ ਸੁਣ ਲਾ ਮਾਂ, ਮੇਰੇ ਲਵੇ ਕੋਈ ਪੈਸਾ ਨਹੀਂ ਵੀ ਹਾਂ ਮੈਂ ਉਹਨਾਂ ਦੇ ਘਰ ਭਰੀ ਚੱਲਾਂ, ਹੁਣ ਵਿਆਹਤੀਆਂ ਕਰਤੀਆਂ ਇੰਨਾ ਹੀ ਬਹੁਤ ਆ, ਆਹ ਕੋਠੀ ਦਾ ਕੰਮ ਚੱਲੀ ਜਾਂਦਾ, ਉੱਥੇ ਖਰਚਾ ਥੋੜ੍ਹਾ ਹੁੰਦਾ, ਆਹ ਅੱਜ ਬਿਜਲੀ ਦਾ ਸਮਾਨ ਲਿਆ ਕੇ ਦਿੱਤਾ, 1,00,000 ਰੁਪਇਆ ਲੱਗ ਗਿਆ ਉਹਦੀ। ਪੁੱਤ ਕੋਈ ਤੂੰ ਹੁੰਦਾ ਸੰਧਾਰੇ 'ਤੇ 20,000-50,000 ਰੁਪਇਆ ਨਹੀਂ ਲਾਉਣਾ, ਕੀ ਹੁੰਦਾ 2,000-4,000 ਨਾਲ? 2,000-4,000 ਤੋਂ 2,000-4,000 ਤੋਂ ਅੱਗੇ 8,000 ਬਣਦਾ, ਫਿਰ 50,000 ਬਣਦਾ, ਫਿਰ 1,00,000 ਬਣਦਾ। ਜੇ ਪਾਈ ਪਾਈ ਬਚਾਊਂਗਾ ਤਾਂ ਕੁਛ ਕੰਮ ਕਰੂੰਗਾ, ਤਾਂ ਕੋਠੀ 'ਤੇ ਲਾਊਂਗਾ, ਕਹਿੰਦਾ ਅਗਲਾ ਵੀ ਆਹ 20 ਕਿੱਲੇ ਦੇ ਘਰ ਦਾ ਉਹ ਹੈ ਘਰ ਇਹ। ਮਰਜ਼ੀ ਹੈ ਭਾਈ ਤੇਰੀ,
ਮੇਰਾ ਤਾਂ ਕੀ ਜ਼ੋਰ ਹੈ, ਮੈਂ ਤਾਂ ਕਹਿਣਾ ਹੀ ਹੈ ਵੀ ਪੁੱਤ ਜਾਈਦਾ ਹੁੰਦਾ। ਜ਼ੋਰ ਜ਼ੋਰ ਨੇ ਤੇਰੇ ਨੇ ਪਹਿਲਾਂ ਦੀ ਪਹਿਲਾਂ ਖਰਚਾ ਕਰਾਇਆ, ਉਦੋਂ ਤੈਂ ਕਹਿ ਕੇ ਇੰਨਾ ਖਰਚਾ ਲਵਾਇਆ ਵਿਆਹ 'ਤੇ, ਨਹੀਂ ਇੰਨਾ ਥੱਲੇ ਨਹੀਂ ਆਉਂਦੇ ਤੀ ਆਪਾਂ। ਪੁੱਤ ਆਖਿਰਕਾਰ ਵਿਆਹਣੀਆਂ ਤਾਂ ਹੁੰਦੀਆਂ ਹੀ ਨੇ, ਧੀਆਂ ਭੈਣਾਂ ਆਪਦਾ ਸਭ ਕੁਛ ਸੋਨੂੰ ਸੰਭਾਲ ਕੇ ਜਾਂਦੀਆਂ ਨੇ, ਨਾਲੇ ਉਹ ਤਾਂ ਆਪਦੇ ਹੱਥ ਦਾ ਦਿੱਤਾ ਲੈ ਕੇ ਜਾਂਦੀਆਂ ਨੇ, ਧੀਆਂ ਨੂੰ ਦਿੱਤਾ ਤਾਂ ਦੁੱਗਣਾ ਫਲਦਾ। ਨਾ ਤੂੰ ਕੀ ਸੁਣੀ ਜਾਂਦਾ ਭਾਈ ਖੜਿਆ ਹੋਣਾ? ਮੈਂ ਤਾਂ ਕੀ ਸੁਣਨਾ ਬਾਈ, ਮੈਂ ਤਾਂ ਇਹ ਕਹਿੰਦਾ ਸੀ ਹਾਂ ਵੀ ਲਾਸਟ ਪਾਣੀਆਂ ਕਣਕ ਨੂੰ ਲਾ ਦਈਏ ਹੁਣ। ਤੈਨੂੰ ਪਤਾ ਉਹ ਵੀ ਲਾਉਣਾ ਕਿ ਨਾ ਲਾਉਣਾ? ਹੁਣ ਮੈਂ ਦੱਸਾਂ ਬਾਈ, ਐਂ ਨਹੀਂ ਕਹਿੰਦਾ ਮੈਂ ਤੈਨੂੰ, ਪਿਛਲੇ ਸਾਲ ਮੈਂ ਲਾਤਾ ਸੀ ਆਹ ਦਿਨਾਂ ਜਿਹਾਂ 'ਚ, ਉਹਦੀ ਨੇਰੀ ਜੀ ਆ ਗਈ, ਸਾਰੀ ਕਣਕ ਡਿੱਗੀ ਦੀ ਆਪਣੀ, ਤਾਂ ਕਹਿੰਦਾ ਮੈਂ। ਫਿਰ ਹੁਣ ਰੱਬ ਕਿਸੇ ਦੇ ਹੱਥ 'ਚ ਫੜਿਆ, ਜਾਂ ਤਾਂ ਮੈਂ ਫੜਿਆ ਹੋਊਗਾ ਵੀ ਐਤਕੀ ਮੈਂ ਨੇਰੀ ਨਹੀਂ ਛੱਡਦਾ। ਹੁਣ ਤੈਨੂੰ ਪਤਾ ਜੇ ਤਾਂ ਦੇਖ ਲਾਉਣ ਵਾਲਾ ਤਾਂ ਲਾ ਦੇ, ਜੇ ਨਹੀਂ ਲਾਉਣ ਵਾਲਾ ਰਹਿਣ ਦੇ, ਜੇ ਇਹੀ ਕੁਛ ਮੈਂ ਕਰਨਾ ਹੁੰਦਾ ਤੈਨੂੰ 1.5 ਲੱਖ ਕਾਹਦਾ ਦਿੰਦੇ ਭਾਈ, ਇਹ ਦੱਸ। ਉਹ ਤਾਂ ਗੱਲ ਠੀਕ ਹੈ, ਮੈਂ ਤਾਂ ਐਂ ਕਹਿੰਦਾ ਇੱਕ ਵਾਰੀ ਦੇਖ ਆਉਂਦਾ ਫਿਰ, ਹੈ ਨਾ, ਤਾਂ ਕਹਿੰਦਾ ਸੀ। ਮੇਰੇ ਲਈ ਵੀ ਨਹੀਂ ਜਾਣਦਾ ਟਾਈਮ, ਜਿਹੋ ਜਿਹਾ ਤੇਰੇ ਤੋਂ ਹੁੰਦਾ ਕਰ ਲੈ, ਜੇ ਨਹੀਂ ਹੁੰਦਾ ਭਾਈ ਜਵਾਬ ਦੇ ਦੇ, ਮੈਂ ਤੈਨੂੰ ਵੀ ਬਹੁਤ ਦਿਨਾਂ ਦਾ ਦੇਖੀ ਜਾਂਦਾ। ਫਿਰ ਮੈਂ ਤਾਂ ਆਪਣੇ ਗੁਆਂਢੀ ਜੋਗਿੰਦਰ ਕੇ ਲਾਣਗੇ ਪਰਸੋਂ ਨੂੰ ਪਾਣੀ ਛੱਡਣਗੇ। ਲਾ ਦੇ ਟੋਬਾ ਬਣਾ ਦੇ ਚਾਹੇ, ਵਗ ਜਾ ਹੁਣ ਖੜਿਆ ਕੀ ਕਰਦਾ, ਕਰ ਲੈਣ ਤੇ ਕੋਈ ਗੱਲ। ਐਂ ਨਹੀਂ ਬੋਲਿਆ ਕਰਦਾ ਪੁੱਤ, ਤੈਨੂੰ ਪਤਾ ਹੈ ਆਪਣੇ ਨਾਲ ਮੁੱਦਤਾਂ ਤੋਂ ਹੈ। ਮੁੱਦਤਾਂ ਤੋਂ ਤਾਂ ਹੈਗਾ, ਮੁੱਦਤਾਂ ਤੋਂ ਰਹਿੰਦੇ ਨੂੰ ਇੰਨਾ ਤਾਂ ਪਤਾ ਹੋਣਾ ਵੀ ਪਾਣੀ ਲਾਉਣਾ ਨਹੀਂ ਲਾਉਣਾ ਜਾਂ ਕੀ ਆ, ਉਹ ਵੀ ਮੇਥੋਂ ਪੁੱਛੀ ਜਾਂਦਾ। ਉੱਥੇ ਤੇਰੀ ਇੱਜ਼ਤ ਕਰਦਾ ਇਹ, ਤਾਂ ਪੁੱਛਦਾ। ਇੱਜ਼ਤ ਕਰਦਾ? ਹਾਂ ਹੁਣ ਤੂੰ ਦੱਸ, ਖਾਣਾ ਰੋਟੀ ਤਾਂ ਟੁੱਕ ਕੇ ਨਾ ਖਾਵਾਂ? ਰੋਟੀ ਤਾਂ ਖਾ ਲੈ ਭਾਈ, ਮੈਂ ਤਾਂ ਇਹ ਕਹਿੰਦੀ ਸੀ ਵੀ ਤੂੰ ਕੁੜੀਆਂ ਕੋਲੇ ਜਾਇਆ ਹੱਥਾਂ ਤੜਕੇ। ਮਾਂ ਆਹ ਬੰਨੇ ਤੇਰੇ ਮੂਹਰੇ ਹੱਥ, ਨਾ ਅੱਜ ਜਾਇਆ ਜਾਵੇ ਨਾ ਕੱਲ ਨੂੰ, ਮੇਰੇ ਲਵੇ ਨਹੀਂ ਹੈਗਾ ਟਾਈਮ, ਠੀਕ ਹੈ? ਤੇਰੇ ਤੋਂ ਜਾਇਆ ਜਾਂਦਾ ਤਾਂ ਵਗ ਜਾ, ਨਾ ਮੇਰੇ ਲਵੇ ਪੈਸਾ, ਆਪਦੀ ਪੈਨਸ਼ਨ 'ਚੋਂ ਕੁਛ ਦੇ ਨਾ ਦੇ, ਮੇਰੇ ਤੋਂ ਆਸ ਨਾ ਕਰੀ, ਹੁਣ ਉਹਨਾਂ ਨੂੰ ਕਹਿ ਦੀ ਚਾਹੇ ਫੋਨ ਕਰਕੇ। ਜਦੋਂ ਮੇਰੇ ਜਿਉਂਦੇ ਜੀ ਨਹੀਂ ਕੁੜੀਆਂ ਕੋਲੇ ਜਾ ਕੇ ਖੜਦੇ, ਮੇਰੇ ਮਰੇ ਵਾਂਗ ਨੂੰ ਕੀ ਇਹ ਜਾਣਗੇ। ਚਾਚੀ ਰੋਨੀ ਕਾਹਤੋਂ ਹੈ? ਆ ਮਾੜੇ ਲਿਖੇ ਨੂੰ ਰੋਨੀ ਆ ਪੁੱਤ, ਦੇਖ ਹੀ ਲਿਆ ਤਾਂ ਸਭ ਕੁਛ ਸਭ ਦੇ ਅੱਖੇ। ਮੈਂ ਤਾਂ ਦੇਖ ਵੀ ਲਿਆ ਤੇ ਸੁਣ ਵੀ ਲਿਆ ਚਾਚੀ, ਤੇ ਤੂੰ ਰੋਣ ਵਾਲੀ ਕਿਹੜੀ ਗੱਲ ਹੈ, ਤੂੰ ਰੋਨੀ ਕਿਉਂ? ਮੈਂ ਤਾਂ ਇਹ ਕਹਿਣਾ ਰੋ ਨਾ ਪੁੱਤ, ਉਹ ਚਾਖਦੀਆਂ ਨੇ ਜਵਾਖੜੀਆਂ, ਮੱਛਣੀ ਮੇਰੀ ਪਿਲਸਣ ਨਹੀਂ ਆਈ, ਨਹੀਂ ਮੈਂ ਜਾ ਆਉਂਦੀ ਉਹਨਾਂ ਕੋਲ। ਤੂੰ ਮੇਰੀ ਗੱਲ ਸੁਣ, ਜਿੱਥੇ ਮੈਂ ਤਿੰਨ ਭੈਣਾਂ ਦਾ ਸਿੰਧਾਰ ਦਿਆ ਆ, ਚੌਥੀ ਦਾ ਵੀ ਦਿਆ ਨਾ ਮੈਂ, ਤੂੰ ਮੈਨੂੰ ਦੱਸ ਮੈਂ ਕਦੋਂ ਜਾ ਕੇ ਆਵਾਂ? ਮੈਂ ਦਿਆ ਨਾ ਸੰਧਾਰਾ, ਮੰਨ ਮੇਰੀ ਗੱਲ। ਨਾ ਪੁੱਤ ਮੇਰੀ ਗੱਲ ਸੁਣ, ਤਿੰਨ ਤਾਂ ਤੇਰੇ ਭੈਣਾਂ ਨੇ, ਕੁੜੀਆਂ ਤੇਰੀਆਂ ਬਰਾਬਰ ਦੀਆਂ ਹੋ ਰਹੀਆਂ ਨੇ, ਉਹ ਹੁਣ ਘਰ ਜਾ ਪਾ ਕੇ ਹਟਿਆ ਕਮਰਾ ਜਾ, ਤੇਰੇ ਕੋਲ ਕਿੱਥੋਂ ਗੁਲ ਨਿਕਲੀ ਜਾਂਦੀ ਹੈ ਜਦੋਂ ਆ 20 ਕਿੱਲਿਆਂ ਦਾ ਮਾਲਕ ਬਣਾਇਆ, ਇਹ ਨਹੀਂ ਸੋਚਦਾ ਹੈਗਾ। ਅਤੇ ਫਿਰ ਸੰਧਾਰ ਤਾਂ ਮੇਰੇ ਲਵੇ ਵਾਧੂ ਨੇ, ਹੈਂ ਇਹੋ ਜਿਹੇ ਕੰਮਾਂ 'ਚ ਤਾਂ ਮੈਂ ਨਹੀਂ ਪਿੱਛੇ ਹਟਦਾ, ਇੰਨਾ ਚੌ ਚੜਾਇਆ ਮੇਰੀਆਂ ਭੈਣਾਂ ਨੇ ਜਦੋਂ ਮੈਂ ਗਿਆ, ਟਾਈਮ 'ਤੇ ਵਗ ਗਿਆ ਮੈਂ, 1 ਲਵੇ ਤਾਂ ਮੈਂ 2 ਦਿਨ ਪਹਿਲਾਂ ਹੀ ਵਗ ਗਿਆ, ਹੁਣ ਆ 4ਵੇਂ ਲਵੇ ਵਗ ਜੂੰਗਾ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਮੈਨੂੰ। ਕਾਹਨੂੰ ਪੁੱਤ, 4ਵੇਂ ਕੋਲੇ ਜਾਵੇਗਾ ਫਿਰ 5ਵੀਂ ਕੋਲੇ ਜਾਣਾ ਪਊ। ਓਹੋ ਫਿਰ ਕੀ ਹੋ ਗਿਆ, ਪੁੰਨ ਲੱਗਦਾ ਕਹਿੰਦੇ ਧੀਆਂ ਧਿਆਣੀਆਂ ਦਾ ਪੁੱਲ ਲੱਗਦਾ ਪੁੰਨ। ਉਦੋਂ ਮੈਂ ਸਮਝਦੀ ਹਾਂ ਪੁੱਤ,
ਜਿਹੜਾ ਕੋਈ ਸਿਆਣਾ ਧੀ ਪੁੱਤ ਹੁੰਦਾ ਉਹੀ ਸਮਝਦਾ ਵੀ ਕੁੜੀਆਂ ਕੱਤਰੀਆਂ ਕੋਲ ਜਾਣ ਦਾ ਪੰਨ ਹੁੰਦਾ। ਹੁਣ ਮੈਨੂੰ ਪਤਾ ਤੂੰ ਮੈਨੂੰ ਨਹੀਂ ਜਾਣ ਦਿੰਦੀ, ਪਰ ਤੂੰ ਐਂ ਕਰ, ਮੈਂ ਤਾਂ ਉਹ ਵੇਲੇ ਨੂੰ ਪਛਤਾਉਂਦੀ ਹਾਂ ਜਿੱਥੇ ਦੋ ਧੀਆਂ ਉਹ ਸੀ ਤੀਜੀ ਹੋਰ ਧੀ ਹੋ ਜਾਂਦੀ। ਆ ਕੀ ਕਰਾਉਣਾ ਸੀ ਇਹ ਤੋਂ ਮੈਂ। ਊਂ ਬਸ ਊਂ ਬੋਲ ਨਾ ਤੂੰ, ਤੂੰ ਐਂ ਕਰ ਜਦੋਂ ਤੇਰੀ ਪਿਲਸਣ ਆ ਗਈ ਨਾ ਉਦੋਂ ਮੈਨੂੰ ਦੇ ਦੀ ਤੂੰ। ਇਹ ਲੈ ਫੜ, ਖੜ ਜਾ। ਨਹੀਂ ਪੁੱਤ, ਖੜ ਜਾ ਚਾਚੀ, ਆ ਫੜੀ। ਜਦੋਂ ਆ ਗਈ ਤੇਰੀ ਗੱਲ ਸੁਣ, ਜਦੋਂ ਆ ਮੈਂ ਬੋਲ ਨਾ ਤੂੰ, ਜਦੋਂ ਤੇਰੇ ਲਈ ਆ ਗਈ ਉਹਦੀ ਦੇ ਦੀ। ਤੂੰ ਆਪਦੀ ਕਬੀਲਦਾਰੀ ਸਾਹਿਬ ਮੇਰਾ ਪੁੱਤ, ਕੋਈ ਨਾ ਮੈਂ ਹੋਰ ਹੀਲਾ ਕਰ ਲੂੰਗੀ। ਕੋਈ ਕਬੀਲਦਾਰੀ ਨੂੰ ਮੈਂ ਕਿਹੜਾ ਮੈਂ ਡਬਲ ਪੀਨਾ। ਤੂੰ ਆ ਫੜ, ਆ ਫੜ, ਇਹ ਤਾਂ ਲੈ ਜੀ ਬਿਸਕੁਟ ਵਗੈਰਾ ਜਿਹੜਾ ਹੁੰਦੇ ਨੇ ਇੱਕੋ ਸੇਵੀਆਂ ਜੀ ਆ ਰਹੀਆਂ ਨੇ ਵਧੀਆ, ਉਹ ਲੈ ਜੀ, ਭੱਜ ਕੇ ਖਾਂਦੇ ਨੇ ਜਵਾਕ। ਅਤੇ ਲੈ ਆਹ ਖੁੱਲ੍ਹੇ ਪੈਸੇ ਤੈਨੂੰ ਕਿਰਾਏ ਨੂੰ ਦਿੰਦਾ ਮੈਂ, ਫਿਰ ਉੱਥੇ ਕਨੈਕਟਰ 'ਚ ਆਵਾ ਤਵਾ ਬੋਲਦੇ ਨੇ ਖੁੱਲ੍ਹੇ ਲਿਆ। ਕੋਈ ਨਾ ਉਹਨਾਂ ਕੋਲ ਰਹੀ ਜਾਂਦੀ ਹੈ, ਮੈਂ ਉੱਥੇ ਫੜ 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 ਪਾ ਦੇ। ਆਹ ਮੇਰੇ ਲਈ ਬਚ ਕੇ ਮੈਂ ਸੋਫੀ ਦਾ ਲਾ ਲੂੰਗਾ, ਠੀਕ ਹੈ ਜੀ। ਦੇਖ ਲਾ ਇਹ ਕਾਮਲਾ, ਫਿਰ ਤੂੰ ਹੱਸਦੀ ਰਿਹਾ ਸਰ, ਦੱਸੀ ਨਾ ਕਿਸੇ ਨੂੰ ਬਾਈ ਆ ਜੂ, ਮੈਂ ਜਾਂਦਾ ਜਾ। ਚੰਗਾ ਦੇਖ ਲੈ ਕੇ ਜਵਾਕ, ਇਹਨੂੰ ਕੀ ਜ਼ਰੂਰਤ ਪਈ ਸੀ ਨਹੀਂ ਗਾਹਾਂ ਦੀ ਗਾਹ। ਜਿਹੜਾ ਕੋਈ ਸਮਝਦਾ ਜ਼ਿੰਮੇਵਾਰੀਆਂ ਨੂੰ ਉਹ ਸਮਝਦਾ। ਚੱਲ ਪੁੱਤ ਇੱਥੇ ਲਾ ਦਿਓ ਮੈਨੂੰ ਬਾਈਪਾਸ 'ਤੇ, ਜਿਉਂਦੇ ਵੱਸਦੇ ਰਹੋ, ਪਰਮਾਤਮਾ ਸਾਨੂੰ ਤਰੱਕੀ ਬਖਸ਼ੇ। ਹਟੀ ਨਹੀਂ ਫਿਰ ਹੈ, ਚੱਕ ਕੇ ਬਹਿ ਕੇ ਤੁਰੇ ਪਈ। ਜਿਹੜੇ ਹੈਗੇ ਨੇ ਚਾਰ ਠੋਲੂ ਇਹਦੇ ਵੀ ਪਚਦੇ ਨਹੀਂ ਹੈਗੇ ਵੀ ਹਾਂ ਸਾਂਭ ਲਾ ਉਹਨਾਂ ਨੂੰ। ਆਉਂਦਾ 1500 ਪੈਨਸ਼ਨ ਦਾ ਪਤਾ ਨਹੀਂ, ਨਾ ਸਾਂਭਿਆ ਨਹੀਂ ਜਾਂਦਾ ਵੀ ਕਿਧਰੇ ਨਹੀਂ ਮਰਦੀਆਂ ਜੇ ਨਹੀਂ ਦੇ ਕੇ ਆਏਗੀ ਸੰਧਾਰਾ। ਮੈਂ ਲੈ ਕੇ ਆਉਂਦੀ ਹਾਂ ਪੁੱਤ ਚਾਹ ਨਾਲੇ ਪਾਣੀ, ਤੁਸੀਂ ਮਾਵਾਂ ਦੀਆਂ ਗੱਲਾਂ ਕਰੋ। ਮਾਫ ਕਰਿਓ ਭੈਣ ਜੀ, ਐਤਕੀ ਥੋੜਾ ਜਿਹਾ ਲੇਟ ਹੋ ਗਏ। ਕੋਈ ਨਾ ਕੋਈ, ਉਹ ਮਿਸਤਰੀ ਜਿਹਾ ਲੱਗ ਰਿਹਾ ਨਾ ਤਾਂ ਕਰਕੇ। ਹੋਰ ਦੱਸ ਪੁੱਤ ਤੂੰ ਠੀਕ ਹੈ? ਬਸ ਮਾਂ ਤੂੰ ਆ ਗਈ, ਮੈਂ ਤਾਂ ਬਾਗੋ ਬਾਗ ਹਾਂ। ਤੇ ਵੀਰਾਂ ਨਹੀਂ ਆਇਆ ਮੰਮੀ? ਓਹੋ ਮਨਪ੍ਰੀਤ, ਤੈਨੂੰ ਪਤਾ ਹੈ ਪੁੱਤ ਆਪਣੇ ਮਿਸਤਰੀ ਲੱਗ ਰਹੇ, ਦੇਖ ਫਿਰ ਕੋਲੇ ਖੜੇ ਬਿਨਾਂ ਉਹ ਨਹੀਂ ਕੰਮ ਕਰਦੇ ਹੈਗੇ, ਉਹਨੂੰ ਤਾਂ ਜਿਵੇਂ ਸਿਰ ਖੁਰਕਣ ਦੀ ਵੇਲ ਨਹੀਂ ਲੱਗਦੀ ਹੈਗੀ। ਚੱਲ ਕੋਈ ਨਹੀਂ, ਮੈਂ ਕਿਹਾ ਤੂੰ ਕਿਉਂ ਆਈ ਫਿਰ ਬੱਸ 'ਤੇ, ਰਹਿਣ ਦਿੰਦੀ? ਲੈ ਦੱਸ ਫਿਰ ਕੀ ਹੁੰਦਾ ਜੇ ਮੈਂ ਆ ਗਈ ਬੱਸ 'ਤੇ? ਮੇਰਾ ਜੀ ਕਰਦਾ ਸੀ ਮੇਰੀ ਧੀ ਨੂੰ ਮਿਲਣ ਵਾਸਤੇ, ਮੈਂ ਆਖਿਆ ਨਾਲੇ ਮਿਲ ਆਉਂਗੀ ਨਾਲੇ ਬਹਾਨੇ ਨਾਲ ਉਹਨੂੰ ਸੰਧਾਰਾ ਫੜਾ ਆਉਂਗੀ। ਚੱਲ ਕੋਈ ਨਹੀਂ ਮਾਂ, ਬਸ ਤੁਸੀਂ ਗੇੜਾ ਮਾਰਦੇ ਰਹੋ, ਇਹੀ ਬਹੁਤ ਹੈ, ਸੰਧਾਰਿਆਂ ਦੀ ਭੁੱਖੀ ਨਹੀਂ ਮੈਂ। ਉਹ ਤਾਂ ਮੈਨੂੰ ਪਤਾ ਹੈ ਮੇਰੀਆਂ ਧੀਆਂ ਦਾ ਵੀ ਬਹੁਤ ਸਿਆਣੀਆਂ ਨੇਗੀਆਂ। ਚੱਲ ਕੋਈ ਨਾ ਪੁੱਤ, ਇਹਦਾ ਬੇੜਾ ਕਬੇੜਾ ਹੋ ਹੀ ਜਾਂਦਾ, ਲੇਟ ਫੇਟ ਮਾੜਾ ਮੋਟਾ, ਇਕੱਲਾ ਹੈ ਨਾ ਤੇਰਾ ਵੀਰ। ਹਾਂ ਮਾਂ ਮੈਂ ਸਮਝਦੀ ਹਾਂ, ਮੈਂ ਤਾਂ ਹੀ ਤਾਂ ਕੋਈ ਜਿੱਦ ਨਹੀਂ ਕੀਤੀ ਵੀਰੇ ਨਾਲ ਵੀ ਹਾਂ ਮੇਰੇ ਕੋਲ ਆਇਆ ਕਿਉਂ ਨਹੀਂ।
ਗਗਨਾ ਕਿੰਨੇ ਦਿਨ ਲੱਗਣਗੇ ਉੱਥੇ ਫਿਰ? ਉੱਥੇ ਆਪਾਂ ਨੂੰ 3 ਦਿਨ ਲੱਗਣਗੇ। 3 ਦਿਨ ਫਿਰ ਤੇਰੇ ਸਕੂਲ ਦਾ ਨਹੀਂ ਔਖਾ ਹੋ ਜੂ? ਨਾ, ਉੱਥੇ ਤਾਂ ਮੈਂ ਛੁੱਟੀਆਂ ਲੈ ਲਈਆਂ। ਅੱਛਾ, ਮੈਂ ਤਾਂ ਇਹ ਕਹਿੰਦਾ ਤੇ ਜੇ ਆਪਾਂ ਕੱਲ੍ਹ ਨੂੰ ਮੁੜੇ ਆਈਏ, ਆ ਕੇ ਉੱਧਰ ਤੈਨੂੰ ਪਤਾ ਉਹ ਠੇਕੇਦਾਰੋਂ ਪੈਸੇ ਮੰਗੀ ਜਾਂਦਾ, ਉਹਨੂੰ ਲਿਆ ਕੇ ਦੇ ਦੂੰ ਨਾਲੇ। ਲੈ, ਕੋਈ ਨਾ ਕੋਈ ਨਾ, ਫਿਰ 3 ਦਿਨ ਬਾਅਦ ਦੇ ਦੇ। ਚੱਲ ਤੇਰੀ ਮਰਜ਼ੀ ਆ, ਮਸਾਂ ਤਾਂ ਵਿਆਹ ਆ। ਮਾਂ ਕਿਵੇਂ ਹੱਕਾਂ ਦੀਆਂ ਮਰੀ ਜਾਂਦੀ ਆ, ਹੁਣ ਤੜਕੇ ਦੀ ਮੰਜੇ 'ਚ ਪਈ ਆ, ਉੱਠੀ ਵੀ ਨਹੀਂ ਹੈਗੀ, ਪਤਾ ਨਹੀਂ ਕੀ ਬਹਾਨਾ ਲਓ ਕੀ ਨਾ। ਇਹਨੂੰ ਪਤਾ ਤਾਂ ਹੈਗਾ ਵੀ ਹੁਣ ਜਾਣਾ ਇਹਨਾਂ ਨੇ, ਇਹ ਵੀ ਨਾ ਜਾਣ ਕੇ ਕਰਦੀ। ਜਦੋਂ ਕਿਤੇ ਜਾਣਾ ਹੋਊ, ਬੁੜੀ ਆਪਦੀ ਟੰਗ ਵਿੱਚ ਚੜਾ ਕੇ ਬਹਿ ਜੂਗੀ। ਸੱਦ ਲਿਆ ਹੁਣ, ਤਾਂ ਨਹੀਂ ਕੀ ਬਹਾਨਾ ਲਾਊਗੀ, ਉਹੀ ਨਾ ਕੁਛ ਕਹਿ ਦੇ ਮੇਰਾ ਦੁੱਖ ਦਾ, ਔਰ ਮੇਰਾ ਵਿਆਹ ਕੈਂਸਲ ਕਰਾ ਦੇ। ਬੇਤਾਰੀ ਤਾਰੀ, ਹਾਏ ਹਾਏ, ਬੇਤਾਰੀ ਬੇਤਾਰੀ, ਲੋੜ ਆ ਗਿਆ ਕੁੜੇ, ਜਮੀ ਨਹੀਂ ਸੁਣਦੇ। ਹਾਂ ਮਾਂ। ਬੇ ਪੁੱਤ, ਮੇਰੇ ਨਾ ਤਕਲੀਫ ਵਾਲੀ ਹੋ ਰਹੀ ਹੈ, ਮੈਨੂੰ ਦੁਖੀ ਬਹੁਤ ਜਾਂਦਾ, ਇਹਦੀ ਮਾਰ ਮੈਨੂੰ ਤਾਪ ਚੜ ਗਿਆ ਪੁੱਤ, ਮੈਨੂੰ ਦਵਾਈ ਦਵਾ ਲਿਆ। ਮਾਂ ਦੇਖਿਆ ਵੀ ਨਹੀਂ ਜਾਂਦਾ, ਤਾਂ ਜ਼ਖਮ ਜਾ ਕੇ ਮੈਂ ਹੋਇਆ ਪਿਆ। ਮੇਰੀ ਗੱਲ ਸੁਣ, ਮੈਂ ਤਾਂ ਹੁਣ ਵਿਆਹ ਜਾਂਦਾ ਤੀ, ਫਿਰ ਹੁਣ ਤਾਂ ਨਹੀਂ ਜਾਇਆ ਜਾਣਾ ਡਾਕਟਰ ਲਵੇ? ਬੇ ਪੁੱਤ, ਵਿਆਹ ਤਾਂ ਮੈਨੂੰ ਮਗਰੋਂ ਪਾ ਗਈ ਸੀ, ਮਾੜੇ ਜਿਹਾ ਮੈਨੂੰ ਦਵਾਈ ਦਵਾ ਲਿਆ ਮੇਰੇ ਪੁੱਤ ਬਣ ਕੇ। ਮੈਂ ਤਰਨਾਟ ਨੂੰ ਕਹਿ ਦੂੰਗਾ, ਉਹ ਦਵਾ ਲਿਆਊਗਾ ਦਵਾਈ। ਔਰ ਬੇ, ਫਿਰ ਕੀ ਹੁੰਦਾ ਜੇ ਤੂੰ ਦਵਾ ਲਿਆ ਮੈਗਾ, ਮਾੜਾ ਮਾਟਾ ਮੇਰੇ ਵੀ ਚਿੱਤ ਨੂੰ ਹੌਸਲਾ ਹੋ ਜੂ, ਮੇਰਾ ਪੁੱਤ ਦਵਾਈ ਦਵਾ ਕੇ ਲਿਆ ਮੈਨੂੰ। ਚੱਲ ਮੈਂ ਪੁੱਛਦਾ ਗਾਗਨ ਨੂੰ ਫਿਰ ਕੀ ਕਹਿੰਦੀ ਆ ਉਹ। ਦਵਾਈ ਵੀ ਮੈਨੂੰ ਗਾਗਨ ਨੂੰ ਪੁੱਛ ਕੇ ਦਵਾ ਕੇ ਲਿਆ ਮੈਗਾ ਤੂੰ। ਫਿਰ ਪੁੱਛ ਤਾਂ ਲਵਾਂ ਮਾਂ, ਫਿਰ ਉਹ ਬਿਲਕੂਗੀ, ਪੁੱਛ ਤਾਂ ਲਵਾਂ ਵੀ ਮੈਂ ਦਵਾਈ ਦਵਾ ਲਿਆ, ਮੈਂ ਅੱਧਾ ਘੰਟਾ ਲੱਗੂ, ਅੱਧਾ ਘੰਟਾ ਲੇਟ ਵਗ ਚੱਲਾਂਗੇ। ਮਰਜ਼ੀ ਆ ਭਾਈ ਤੇਰੀ। ਇੱਕ ਮਿੰਟ ਬੈਠ, ਮੈਂ ਪੁੱਛਦਾ। ਆ ਦੇਖ ਲੈ ਕੀ ਜਵਾਨਾ ਆ ਗਿਆ, ਕਹਿੰਦਾ ਕਿ ਤਰਨਾਟ ਦਵਾਈ ਦਵਾ ਲਿਆਊਗਾ, ਨਾ ਤੈਨੂੰ ਪੁੱਛਣ ਵਾਲਾ ਕੋਈ ਹੋਵੇ, ਤਰਨਾਟ ਦਵਾਈ ਦਵਾਉਂਦਾ ਮੈਨੂੰ ਚੰਗਾ ਲੱਗੂਗਾ, ਦੱਸ ਕੀ ਬਣੇ ਹੁਣ? ਕਰ ਲਈ ਤਿਆਰੀ? ਹਾਂਜੀ। ਮੈਂ ਤਾਂ ਇਹ ਕਹਿੰਦਾ ਸੀ, ਮੰਮੀ ਦੇ ਨਾ ਗਰਦਨ 'ਤੇ ਦਰਦ ਜਿਹਾ ਹੋਈ ਜਾਂਦਾ, ਬੁਖਾਰ ਚੜਿਆ ਪਿਆ ਉਹਨੂੰ, ਮੈਂ ਦਵਾਈ ਦਵਾ ਲਿਆ, ਮੈਂ ਅੱਧਾ ਘੰਟਾ ਲੱਗੂ ਆਪਾਂ ਨੂੰ। ਲੈ, ਪਹਿਲਾਂ ਹੀ ਬਹੁਤ ਲੇਟ ਹੋਏ ਪਏ ਆ, ਆਪੇ ਤਰਨਾਟ ਨੂੰ ਕਹਿ ਦੇ ਦਵਾਈ ਦਵਾ ਲਿਆਊਗਾ। ਉਹ ਕੁਛ ਨਹੀਂ ਹੁੰਦਾ, ਜਾ ਆਉਣਾ ਯਾਰ, ਫਿਰ ਬਿਲਕੀ ਚੱਲੂ ਇਹ। ਉਹ ਤਾਂ ਐਵੇਂ ਬਹਾਨੇ ਲਾਈ ਜਾਊਗੀ, ਮੈਨੂੰ ਨਹੀਂ ਪਤਾ, ਤੁਸੀਂ ਚਲੋ ਬਸ। ਚਲ ਫਿਰ ਆ ਜਾ, ਕਹਿ ਦੂੰਗਾ ਵੀ ਆਪ ਤਰਨਾਟ ਆਉਂਦਾ। ਆ ਜਾ ਕਰਾਂ। ਮਾਂ ਮੇਰੀ ਗੱਲ ਸੁਣ, ਆ ਤਰਨਾਟ ਹੁਣ ਆਜੂਗਾ ਖੇਤੋਂ, ਉਹਨੂੰ ਲੈ ਜਾਈ ਦਵਾਈ ਦਵਾਉਣ, ਅਸੀਂ ਲੇਟ ਹੋਈ ਜਾਂਦੇ ਹਾਂ, ਗਗਨ ਕਹਿੰਦੀ ਉਹ ਸਾਰੇ ਡੀਕੀ ਜਾਂਦੇ ਨੇ। ਨਾ ਮੈਨੂੰ ਐਂ ਦੱਸ, ਤਰਨਾਟ ਨੂੰ ਕੰਮ ਥੋੜ੍ਹੇ ਨੇ, ਤਰਨਾਟ ਤਾਂ ਮੈਨੂੰ ਤੜਕੀ ਕਹਿੰਦਾ ਸੀ ਕਿ ਮੈਂ 2 ਮੋਟਰਾਂ ਛੱਡ ਰੱਖੀਆਂ ਨੇ ਖੇਤ। ਫਿਰ ਉਹਨੇ ਕਰਨਾ ਵੀ ਕੀ ਆ, ਚਾਹ ਤਾਂ ਪੀਣ ਆਊਗਾ ਜੀ, ਉਹਨੂੰ ਲੈ ਜਾਈ ਤੂੰ ਨਾਲ। ਵੀ ਚਾਹ ਪੀਣ ਤਾਂ ਭਾਈ ਆਊਗਾ, ਫਿਰ ਵੀ ਹੁਣ ਸੀਰੀ ਪਾਲੀ ਮੈਨੂੰ ਦਵਾਈ ਦਵਾਉਣ ਦਾ ਚੰਗਾ ਲੱਗੂ? ਕਿਧਰੇ ਨਹੀਂ ਕੁਛ ਹੁੰਦਾ, ਕੀ ਹੁੰਦਾ ਜੇ ਦਵਾਈ ਦਵਾ ਲਿਆਊਗਾ, ਉਹੀ ਬੋਲੀ ਜਾਂਦੀ ਹੁੰਦੀ ਆ। ਚੱਲ ਠੀਕ ਆ, ਅਸੀਂ ਜਾਂਦੇ, ਨਾਲੇ ਮੇਰੀ ਗੱਲ ਸੁਣ, ਅੱਜ ਦਾ ਦਿਨ ਕੱਲ੍ਹ ਦਾ ਦਿਨ ਪਰਸੋਂ ਅਸੀਂ ਮੁੜ ਆਵਾਂਗੇ, ਚੰਗਾ? ਜੋ ਹੁਣ ਲੇਟ ਹੋਈ ਜਾਂਦੇ ਆਪਾਂ। ਹਾਂ ਚੱਲ ਠੀਕ ਆ ਮਾਂ, ਚੰਗਾ। ਮਰਜ਼ੀ ਹੈ ਤੁਹਾਡੀ, ਕੰਮ ਧੰਦਾ ਵੀ ਸਾਰਾ ਤਰਨਾਟ ਕਰੇ, ਆ ਰਹਿੰਦੀ ਤੀ ਕਸਰ, ਅੱਗੇ ਦਵਾਈ ਬੂਟੀ ਵੀ ਤਰਨਾਟ ਹੀ ਦਵਾ ਕੇ ਲਿਆਊਗਾ, ਜ਼ਿਆਦਾ ਪੜ੍ਹਿਆ ਲਿਖਿਆ ਦਾ ਪਤਾ ਲੱਗਦਾ, ਜਿਹਨੂੰ ਕਿਸੇ ਦੀ ਕਦਰੇ ਨਹੀਂ ਹੈ। ਦੇਖ ਲਓ ਜਾਣ ਕੇ ਕਿਵੇਂ ਪਖੰਡ ਕਰਦੀ ਆ, ਹਨਾ ਵੀ ਜਾਣਾ ਗਾ ਇਹਨਾਂ ਨੇ। ਮੈਨੂੰ ਵੀ ਪਤਾ ਗਗਨ, ਪਹਿਲੇ ਦਿਨੋਂ ਐਵੇਂ ਹੀ ਆ ਇਹ ਜਾਣ ਬੁੱਝ ਕੇ ਕਰਦੀ ਹੁੰਦੀ ਆ ਇਹੋ ਜਿਹਾ ਕੁਛ। ਲੈ ਹੁਣ ਤਾਂ ਵੈਪ ਤਾਂ ਛੱਡ ਦੇ ਫਿਰ ਇਹ, ਉਹਨੂੰ ਛੱਡਦੀ ਆਦਤਾਂ ਥੋੜ੍ਹੀ ਜਾਂਦੀਆਂ ਹੁੰਦੀਆਂ ਨੇ।
ਹਾਏ ਵੀ ਕੋਈ ਪਾਣੀ ਪਿਆ ਦੋ, ਮੂੰਹ ਸੁੱਕ ਗਿਆ ਜਮੀ। ਬਾਈ ਵੀ ਐਨ ਬਾਹਰ ਤਾਂ ਲਾ ਲੋ, ਕਿੰਨੀਆਂ ਗਾਵਾਂ ਫਿਰਦੀਆਂ ਨੇ, ਖਲਕਾਪਟਾ ਸਾਰਾ ਖਾ ਜਾਣਗੀਆਂ। ਹਾਏ ਰੱਬਾ ਵੇ, ਘੱਟੋ ਘੱਟ ਚਾਚੀ ਤਾਂ ਲਾ ਲੈਂਦੀ। ਹਾਏ ਵੀ ਕੋਈ ਪਾਣੀ ਪਿਆ ਦੋ। ਚਾਚੀ ਹਾਂ, ਐਂ ਕਦੋਂ ਟਸਕਦੀ ਹੈ ਵੀ ਪਾਣੀ ਪਿਆ ਦੋ ਵੇ। ਹੋ ਕੀ ਗਿਆ? ਓ ਕਿੰਨਾ ਤਾਪ ਚੜ ਰਿਹਾ, ਮੂੰਹ ਸੁੱਕ ਰਿਹਾ। ਖੜੀ ਹੋ, ਖੜੀ ਇੰਨਾ ਤਾਪ, ਤੂੰ ਤਾਂ ਜਮੀ ਤਪਣ ਲੱਗ ਰਹੀ ਹੈ। ਗਲ ਜੀ ਦੀ ਮਾਰ ਤਾਪ ਚੜ ਗਿਆ ਮੈਨੂੰ, ਤਾਪ ਤਾਂ ਬਾਲਾ ਜ਼ਿਆਦਾ ਚੜ ਰਿਹਾ। ਬਾਈ ਓਏ ਭਾਬੀ, ਬੇ ਪੁੱਤੋ ਤਾਂ ਹੈ ਨੀ, ਹੈ ਨੀ, ਹੈ ਨੀ ਗੇ। ਉਹ ਕਿੱਥੇ ਗਏ ਨੇ? ਉਹ ਤਾਂ ਵਿਆਹ ਆ ਗਏ। ਫਿਰ ਦਵਾਈ ਤਾਂ ਲੈ ਲੈਂਦੀ ਹੈਗੀ ਕੋਈ ਗੋਲੀ? ਮੈਂ ਲਿਆ ਨਾ, ਕਿੱਥੇ ਪਈਆਂ ਨੇ? ਉੱਥੇ ਮੈਂ ਉਹਨਾਂ ਨੂੰ ਕਿਹਾ ਸੀ, ਤਾਰੀ ਨੂੰ ਆਖਿਆ ਵੀ ਮੈਨੂੰ ਦਵਾਈ ਦਵਾ ਲਿਆ ਪਹਿਲਾਂ। ਕਹਿੰਦਾ ਮੈਂ ਤਾਂ ਵਿਆਹ ਤੋਂ ਲੇਟ ਹੁੰਦਾ, ਕਹਿੰਦਾ ਹਾਏ, ਕਹਿੰਦਾ ਤਰਨਾਟ ਦਵਾ ਲਿਆਊ ਤੈਨੂੰ ਦਵਾਈ। ਹੋਰ ਮੈਂ ਹੁਣ ਸ਼ਹਿਰ ਤਾਂ ਮੈਂ ਜਾ ਨਹੀਂ ਸਕਦਾ, ਮੈਂ ਤਾਂ ਫਿਰ ਆਪਣੇ ਪਿੰਡਾਂ ਦੇ ਡਾਕਟਰ ਨੂੰ ਬੁਲਾ ਕੇ ਲਿਆਉਣਾ, ਚੰਗਾ ਉਰੀ ਲਿਆਉਣਾ। ਹਾਂ ਬੁਲਾ ਲਿਆ ਪੁੱਤ, ਮੇਰੇ ਨਾਲ ਦੱਸੋ ਜਾਇਆ ਨਹੀਂ ਜਾਣਾ ਬਾਗ ਜੀ? ਨਾ ਜਾਇਆ ਨਹੀਂ ਜਾਣਾ, ਮੈਂ ਲਿਆਉਣਾ ਬੁਲਾ ਲਿਆ ਰੇ। ਲੈ ਦੱਸਾਂ ਛੱਡ ਕੇ ਜਾਇਆ ਕਰਦੇ ਨੇ। ਕੋਈ ਕੁੱਤਾ ਕੱਤਾ ਤਾਂ ਨਹੀਂ? ਕੋਈ ਨਾ ਜੀ, ਕੋਈ ਕੁੱਤਾ ਕੱਤਾ ਨਹੀਂ ਹੈਗਾ, ਆਜੋ ਮਾੜਾ ਛੇਤੀ ਆਜੋ। ਚਾਚੀ ਬਿਮਾਰ ਜ਼ਿਆਦਾ, ਉਹਦਾ ਤਾਂ ਸਰੀਰ ਜਮੀ ਐਂ ਤਪਣ ਲੱਗ ਰਿਹਾ ਜਿਵੇਂ ਕੋਲਾ ਹੁੰਦਾ। ਚਲੋ ਆਪਾਂ ਜਾ ਕੇ ਦੇਖਦੇ ਹਾਂ। ਆਜੋ ਜੀ, ਆਜੋ 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 ਜੀ, ਆਜੋ ਮਾੜਾ ਜਿਹਾ। ਚਲੋ ਚਲੋ, ਆਹ ਦੇਖੋ ਆ ਕੁਰਸੀ ਖਿੱਚੋ ਇੱਧਰ। ਬੁਖਾਰ ਹੀ ਬਹੁਤ ਲੱਗਦਾ ਹੈ ਜੀ, ਬੁਖਾਰ ਹੀ ਬਹੁਤ ਲੱਗਦਾ। ਬੁਖਾਰ ਕੀ ਬੁਖਾਰ ਹੈ ਜੀ, ਮੈਂ ਤਾਂ ਜਦੋਂ ਹੱਥ ਲਾਇਆ ਐਂ ਲੱਗੇ ਜਿਵੇਂ ਕੋਲੇ 'ਤੇ ਹੱਥ ਲੱਗ ਗਿਆ ਹੋਵੇ। ਚਾਚੀ ਪਾਣੀ ਤਾਂ ਨਹੀਂ ਪੀਣਾ? ਹੋਰ ਧੜਕਣ ਬਹੁਤ ਵਧੀਆ ਪਈ ਹੈ। ਓਹੋ ਪਤਾ ਨਹੀਂ ਕਦੋਂ ਕਹਿੰਦੀ ਬਾਈ ਵੀ ਪਤਾ ਨਹੀਂ ਕਿੱਧਰ ਲੰਘ ਗਿਆ ਲੈ, ਮੈਨੂੰ ਤਾਂ ਇਹਦੀ ਵੀ ਸਾਰੇ ਘਰੇ ਨੇ, ਮੈਂ ਤਾਂ ਕਰਕੇ ਲੇਟ ਹੋ ਗਿਆ ਖੇਤ। ਇਹ ਇਕੱਲੇ ਸੀਗੇ ਘਰੇ? ਇਕੱਲੇ ਨੇ ਜੀ, ਪਤਾ ਨਹੀਂ ਕਦੋਂ ਕਦੇ ਗਏ ਨੇ ਉਹ ਦੋਏ ਜੀ। ਆ ਤੁਸੀਂ ਨੇ ਪਹਿਲਾਂ? ਮੈਨੂੰ ਤਾਂ ਜੀ ਪਤਾ ਨਹੀਂ ਸੀ, ਮੈਂ ਤਾਂ ਡੰਗਰ ਬੰਨਣ ਆਇਆ ਸੀ, ਮੈਂ ਕੱਖ ਪਾਇਆ ਮਾ। ਬਈ ਜਦੋਂ ਇੰਨਾ ਬੁਖਾਰ ਹੋਵੇ ਬੰਦਾ ਕੋਲੇ ਹੋਣਾ ਜ਼ਰੂਰੀ ਹੁੰਦਾ ਹੈਗਾ। ਤੁਸੀਂ ਨਾ ਇਹ ਕਰੋ, ਆ ਗੋਲੀ ਦਿਓ ਇਹਦੇ ਚਿੱਕੇ, ਇਹਨਾਂ ਨੂੰ ਇਹਨਾਂ ਨੂੰ ਇਹ ਗੋਲੀ ਦਿਓ। ਤੁਸੀਂ ਐਂ ਕਰੋ ਜੀ, ਟੀਕਾ ਟੂਕਾ ਵੀ ਲਾ ਦਿਓ ਜੀ, ਕੋਈ ਛੇਤੀ ਉੱਤਰ ਜੂ। ਜਦੋਂ ਬੁਖਾਰ ਉੱਤਰ ਗਿਆ ਨਾ, ਟੀਕਾ ਫੇਰ ਲਗੋ, ਕਈ ਵਾਰੀ ਟੀਕਾ ਇਨਫੈਕਸ਼ਨ ਕਰ ਜਾਂਦਾ ਹੈਗਾ। ਅੱਛਾ ਅੱਛਾ, ਹਾਂ ਫਿਰ ਕੋਈ ਰਿਜ਼ਲਟ ਪੈ ਗਿਆ, ਔਖਾ ਹੋ ਜਾਂਦਾ ਹੈਗਾ। ਬੁਖਾਰ ਹੈ ਹੀ ਬਹੁਤ ਜ਼ਿਆਦਾ, ਟੀਕਾ ਲਾ ਨਹੀਂ ਸਕਦੇ ਆਪਾਂ ਉਹਨਾਂ ਚਿਰ। ਬੁਖਾਰ ਤਾਂ ਜੀ ਬਹੁਤ ਜ਼ਿਆਦਾ, ਇਕੱਲੀ ਗੋਲੀ ਬਹੁਤ ਹੈ। ਹਾਂ ਕਿਹਨਾ, ਇਕੱਲੀ ਗੋਲੀ ਦਿਓ, ਇਹਦੇ ਨਾਲ ਬੁਖਾਰ ਡਾਊਨ ਹੋ ਜੀ, ਫਿਰ ਆਪਾਂ ਇੰਜੈਕਸ਼ਨ ਲਾਵਾਂਗੇ। ਇਹ ਜੀ ਖੜੀ ਹੋ, ਮਾੜੇ ਮਾੜੇ ਜਿਹੇ ਹਿੰਮਤ ਨਾਲ ਖੜੀ ਹੋ, ਲੈ ਆਹ ਗੋਲੀ ਲੈ ਲੈ।
ਉਹ ਜੇ ਮੈਂ ਕੁਦਰਤੀ ਨਾ ਆਉਂਦਾ ਲੈ ਦੱਸ ਕੀ ਬਣਦੀ। ਤੁਸੀਂ ਨਾ ਰੈਸਟ ਕਰੋ, ਠੀਕ ਹੈ, ਜਦੋਂ ਬੁਖਾਰ ਉਤਰ ਗਿਆ ਆਪਾਂ ਹਾਂਜੀ ਫਿਰ ਇਹਨਾਂ ਦੇ ਇੰਜੈਕਸ਼ਨ ਲਾ ਦਿਆਂਗੇ। ਠੀਕ ਹੈ ਜੀ। ਠੀਕ ਹੈ ਠੀਕ ਹੈ ਜੀ, ਫਿਰ ਮੈਂ ਤੁਹਾਨੂੰ ਬੁਲਾ ਕੇ ਲਿਆਵਾਂ ਜੀ ਕਿ ਆਪੇ ਆ ਜਾਓਗੇ? ਨਹੀਂ ਮੈਂ ਆ ਜਾਊਂਗਾ, ਠੀਕ ਹੈ, ਜਾਂ ਤੁਸੀਂ ਮਾੜਾ ਜਿਹਾ ਕੋਈ ਫੋਨ ਕਰ ਦਿਓ ਕੋਈ। 3:30 ਹੋ ਗਏ ਜੀ, ਆ ਜਾਓ ਜੀ ਟਾਈਮ ਦੇ ਨਾਲ। ਬਸ ਜਦੋਂ ਬੁਖਾਰ ਨੋਰਮਲ ਹੋ ਗਿਆ ਫਿਰ ਮੈਨੂੰ ਬੁਲਾ ਲਿਓ। ਫਿਰ ਮੈਂ ਹੀ ਬੁਲਾ ਲਿਆਂਗਾ। ਹਾਂ ਤੁਸੀਂ ਬੁਲਾ ਲਿਓ, ਫਿਰ ਮੈਂ ਇੰਜੈਕਸ਼ਨ ਲਾ ਜਾਊਂਗਾ। ਚੰਗਾ ਜੀ ਚੰਗਾ, ਠੀਕ ਹੈ ਜੀ ਚੰਗਾ ਜੀ। ਜਿੰਨੀ ਇਹਨਾਂ ਨੂੰ ਰੈਸਟ ਦਿਓਗੇ ਮਾੜਾ ਮੋਟਾ ਚੰਗਾ ਜੀ, ਉਨਾ ਹੀ ਫਾਇਦਾ। ਚੰਗਾ ਜੀ, ਮੈਂ ਕੁਛ ਨਹੀਂ ਕੰਮ ਕਰ ਦਿੰਦਾ ਇਹਨਾਂ। ਕੁੱਤਾ ਜਾ ਕਿਵੇਂ ਭੌਂਕਦਾ। ਇਹ ਤਾਂ ਕੋਈ ਹੋ ਰਿਹਾ, ਮੰਗਤੇ ਬਾਈ ਆ ਗਿਆ, ਪਰ ਬਾਈ ਨੇ ਕਾਹਨੂੰ ਆਉਣਾ? 4 ਦਿਨ ਹੋ ਗਏ, 4 ਦਿਨ ਅੱਜ ਇੱਧਰੋਂ ਚਾਚੀ ਦਾ ਤਾਪ ਨਹੀਂ ਲੋਟ ਆਉਂਦਾ, ਮਰਨ ਵਾਲੀ ਹੋ ਰਹੀ ਹੈ ਵਿਚਾਰੀ। ਹੁਣ ਮੈਂ ਸ਼ਹਿਰ ਲੈ ਕੇ ਕਿਵੇਂ ਜਾਵਾਂ? ਬੱਸ 'ਚ ਜਾਇਆ ਨਹੀਂ ਜਾਣਾ। ਬਾਈ ਵੀ ਜਮੀ ਐਣ ਬਹੂ ਜੀ ਦੇ ਪਿੱਛੇ ਲੱਗ ਕੇ ਆਪਦੀ ਮਾਂ ਨੂੰ ਭੁੱਲ ਗਿਆ। ਮੈਂ ਤਾਂ ਕਦੇ ਨਹੀਂ ਪਤੰਦਰ ਦੇਖਿਆ ਵੀ ਉਹਦੇ ਲਵੇ ਦੁੱਖ ਸੁੱਖ ਲੱਗ ਰਿਹਾ ਕਰਨ। ਮਾੜਾ ਮੋਟਾ ਇੰਨਾ ਤਾਂ ਸੋਚਣਾ ਚਾਹੀਦਾ ਵੀ ਚਾਚਾ ਨਹੀਂ ਹੈਗਾ, ਦੱਸ ਹੋਰ ਕਿਹਦੇ ਨਾਲ ਦੁੱਖ ਸੁੱਖ ਕਰੂਗੀ? ਕੰਜਰੇ ਤੂੰ ਹੀ ਤਾਂ ਹੈਗਾ। ਜਮੀ ਸ਼ਰਮ ਲਾ ਲਈ, ਮੈਨੂੰ ਤਾਂ ਉਹਦਾ ਵੀ ਕੋਈ ਲਾਲਾ ਨਹੀਂ ਲੱਗਿਆ, ਪੜ੍ਹੀ ਹੋਈ ਦਾ ਇੱਕ ਵੀ ਗੁਣ ਨਹੀਂ ਲੱਗਿਆ, ਜਿੱਦਣ ਦੀ ਆਈ ਹੈ ਮਾਂ ਨਾਲੋਂ ਦੂਰ ਕਰਕੇ। ਜੇ ਬੁਖਾਰ ਨਾ ਉਤਰਿਆ ਨਾ ਤਰਨਾੜ ਸਿਆਂ, ਸੱਤੇ ਨੂੰ ਬੁਲਾਉਣਾ, ਉਹਨੂੰ ਕਹਿਣਾ ਭਾਈ ਗੱਡੀ ਲੈ ਕੇ ਚੱਲ, ਜਿਹੜਾ ਤਾਂ ਕੋਈ 1000-1500 ਮਹਿੰਗਾ ਆਪਦਾ ਲੈ ਲਈ। ਜੇ ਨਹੀਂ ਇਹ ਦੇਣਗੇ ਮੈਥੋਂ ਲੈ ਲਈ ਭਾਈ, ਪਰ ਮੇਰੀ ਚਾਚੀ ਨੇ ਦਵਾਈ ਦਵਾ ਕੇ ਲਿਆ ਯਾਰ, ਮੈਥੋਂ ਤਾਂ ਐਂ ਦੇਖੀ ਨਹੀਂ ਜਾਂਦੀ। ਨਾ ਕਣਕ ਰਮੀ ਵੀ ਬੰਦਾ ਇੱਕ ਪਾਸੇ ਹੋ ਜੇ, ਪਹਿਲਾਂ ਪਾਣੀ ਪੂਣੀ ਤਾਂ ਪਿਆ ਦਿੰਦਾ ਸੀ ਡੰਗਰਾਂ ਨੂੰ, ਹੁਣ ਉਹ ਤੋਂ ਵੀ ਗਿਆ। ਰਲਾ ਯਾਰ, ਪਹਿਲਾਂ ਸੱਤੇ ਕੀ ਜਾ ਕੇ ਆਵਾਂ। ਮਾਤਾ, ਸੁਖਪਾਲ ਕੌਰ ਦਾ ਘਰ ਕਿਹੜਾ ਹੈ? ਆਹੀ ਹੈ ਭਾਈ। ਬੁਲਾਏ ਉਹਨਾਂ ਨੂੰ ਕੌਣ ਨੇ? ਮੈਂ ਹਾਂ ਭਾਈ। ਅੱਛਾ ਤੁਸੀਂ ਹੋ? ਹਾਂ। ਮੈਨੂੰ ਨਾ ਵਕੀਲ ਸਾਹਿਬ ਨੇ ਭੇਜਿਆ ਸੀਗਾ, ਤੁਹਾਡੇ ਉਹ ਫਾਰਮ ਤਿਆਰ ਹੋ ਗਏ ਸੀਗੇ ਡਾਕੂਮੈਂਟ। ਆ ਲਓ, ਇਹ ਤਾਂ ਸਾਈਨ ਕਰਵਾ ਲਿਓ ਬਸ, ਅਤੇ ਬਾਕੀ ਠੀਕ ਹੈ ਸਾਰਾ ਕੁਛ। ਚੰਗਾ ਪੁੱਤ, ਆ ਜਾ ਪੁੱਤ, ਚਾਹ ਪਾਣੀ ਪੀ ਕੇ। ਬਸ ਬਸ, ਮੇਰੀ ਬੱਸ ਲੰਘ ਜੂਗੀ, ਲੇਟ ਹੁੰਦਾ ਮੈਂ, ਬਾਕੀ ਉਹਨਾਂ ਨੂੰ ਕਹਿ ਦਿਓ ਵੀ ਪਹੁੰਚ ਗਏ ਫਾਰਮ। ਠੀਕ ਹੈ, ਕੋਈ ਨਾ ਪੁੱਤ, ਫੋਨ ਕਰ ਦੂੰਗੀ। ਠੀਕ ਹੈ ਜੀ। ਚਾਚੀ। ਹਾਂ ਭਾਈ। ਭਾਈ ਮੈਂ ਤਾਂ ਇਹ ਕਹਿਣਾ, ਹਾਂ 7:00 ਆਈ ਹੈ ਫੈਂਟ ਚਾਚੀ। ਅੱਛਾ ਚਲ, ਤੇ ਨਾਲੇ 1/2 ਕਿਲੋ ਦੁੱਧ ਵੱਧ ਪਾ ਰੱਖਿਆ ਜੀ ਤੈਂ। ਪੁੱਤ ਮੈਂ ਤਾਂ ਆਈ ਪਾਤਾ, ਮੈਨੂੰ ਕੀ ਪਤਾ ਵੀ ਕੀ ਹਿਸਾਬ ਕਿਤਾਬ ਆ ਇਹਨਾਂ ਦਾ। ਆਪਾਂ 9 ਕਿਲੋ ਦੁੱਧ ਪਾਉਂਦੇ ਹੁੰਦੇ ਹਾਂ, 9:30 ਤੀ ਇਹਦੇ ਵਿੱਚ ਤਾਂ। ਅੱਛਾ, ਪਤਾ ਨਹੀਂ ਮੈਸੇ ਹੀ ਵੱਧ ਗਈਆਂ ਹੋਣੀਆਂ ਜੇ ਤਾਂ, ਹੈ ਨਾ, ਤੈਨੂੰ ਪਤਾ ਨਹੀਂ ਲੱਗਿਆ। ਵੱਧ ਵੀ ਸਕਦੀਆਂ ਨੇ, ਕੁਛ ਆਏ ਆ ਪੁੱਤ, ਹੁਣ ਆਪਾਂ 2 ਆਗੇ, 2 ਜੋਗਾ ਚਾਹ ਪਾਣੀ ਹੁੰਦਾ ਐਂ ਵੀ ਵੱਧ ਜਾਂਦਾ ਲੱਗਦਾ ਨਹੀਂ ਹੈਗਾ। ਉਹ ਬਾਈ ਆਏ ਨੇ? ਉਹਨੇ ਕਿੱਥੇ ਆਉਣਾ ਸੀ ਪੁੱਤ, ਆ ਦੇਖ ਲੈ ਤੇਰੇ ਸਾਹਮਣੇ ਹਫ਼ਤਾ ਹੋ ਗਿਆ ਉੱਥੇ ਬੈਠੇ ਨੂੰ। ਜਦੋਂ ਮੈਂ ਆਖਿਆ ਤੀ ਕੁੜੀਆਂ ਕੋਲੇ ਜਾਣ ਨੂੰ, ਉਦੋਂ ਕਹਿੰਦਾ ਮੇਰੇ ਕੋਲੇ ਟਾਈਮ ਨਹੀਂ ਹੈਗਾ, ਟਾਈਮ ਨਹੀਂ ਹੈਗਾ। ਆ ਹੁਣ ਦੇਖ ਲੈ, ਬਹੂ ਦੇ ਸਰਾਣੇ ਹਫ਼ਤਾ ਹੋ ਗਿਆ ਤੇਰੇ ਸਾਹਮਣੇ ਸੌਰੀ ਲਈ ਬੈਠੀ ਉਹਨੂੰ। ਫਿਰ ਗਿਆ ਗਿਆ ਵੀ ਅਗਲਾ ਸੌਰੇ ਹਮਲਾ ਆਏ ਨਹੀਂ ਗਿਆ। ਉਹੀ ਲੱਗਦਾ ਗੱਡੀ ਜੀ ਤਾਂ ਉਹੀ ਲੱਗਦਾ, ਬਾਰ ਬਾਰ ਖੋਲਿਆ ਉਹੀ ਹੈ ਉਹੀ ਹੈ ਉਹੀ ਹੈ। ਚੱਲ ਸ਼ੁਕਰ ਹੈ,
ਯਾਦ ਆ ਗਈ ਘਰ ਦੀ ਫੇਰ ਵੀ। ਖੜ ਜਾ ਬਿਮਾਰੀ। ਸਤਿ ਸ਼੍ਰੀ ਅਕਾਲ ਬਾਈ, ਕਿਵੇਂ ਤੇਰਾ ਨਾਂ? ਹਾਂ ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਬਾਬੀ, ਮੈਂ ਤਾਂ ਸੱਚ ਖੜ ਭੇਜਦਾ। ਨਾ ਲੱਗ ਗਿਆ ਟਾਈਮ ਘਰੇ ਆਉਣ ਦਾ। ਸਤਿ ਸ਼੍ਰੀ ਅਕਾਲ ਮਾਂ। ਸਤਿ ਸ਼੍ਰੀ ਅਕਾਲ ਤਾਂ ਠੀਕ ਹੈ, ਯਾਦ ਆ ਗਈ ਵੀ ਘਰ ਹੈਗਾ। ਕਿਉਂ ਮਾਂ ਫਿਰ ਕੀ ਹੋ ਗਿਆ? ਲੈ ਘਰੇ ਨਹੀਂ ਵੜਨ ਦਿੱਤਾ, ਆਉਂਦਿਆਂ ਨੂੰ ਸ਼ੁਰੂ ਹੋ ਗਈ। ਨਾ ਹੋਇਆ ਕੀ ਨਹੀਂ ਇਹ ਪੁੱਛ, ਤੈਨੂੰ ਪਤਾ ਤੂੰ ਕਿਹੜੇ ਹਾਲਾਤਾਂ 'ਚ ਮੈਨੂੰ ਛੱਡ ਕੇ ਗਿਆ ਸੀ? ਹਾਂ ਯਾਦ ਹੈ, ਬੁਖਾਰੇ ਤੀ ਗੋਲੀ ਲੈ ਲੈਂਦੀ, ਫਿਰ ਕਿੱਡੀ ਗੱਲ ਤੀ ਤੇਰੇ ਭਾਤੀ ਤਾਂ ਗੱਲ ਕਿੱਡੀ ਕੁ ਵੀ ਹੈ ਹੀ ਨਹੀਂ ਸੀ, ਪਰ ਮਾੜੀ ਮੋਟੀ ਸੰਗ ਸ਼ਰਮ ਤਾਂ ਮੰਨਣੀ ਸੀ ਵੀ ਕੁੜੀਆਂ ਕੋਲੇ ਜਾਣ ਦਾ ਤੇਰੇ ਕੋਲ ਘੰਟਾ ਨਹੀਂ ਹੁੰਦਾ। ਆ ਸੋਹਣੀ ਤੈਨੂੰ ਹਫ਼ਤਾ ਹੋ ਗਿਆ ਬੈਠੇ ਨੂੰ। ਮਾਂ ਛੁੱਟੀਆਂ ਮਿਲ ਗਈਆਂ ਤੀ ਤਾਂ ਹੀ ਮੈਂ 4 ਦਿਨ ਵੱਧ ਲਾਇਆ, ਜੇ ਨਾ ਛੁੱਟੀਆਂ ਮਿਲਦਾ ਫਿਰ ਕਿੱਥੇ ਰਹਿੰਦਾ ਮੈਂ? ਕਹਿਤਾ ਤਾਂ ਫਿਰ ਮੈਂ ਕਿੱਥੇ ਰਹਿੰਦਾ? ਨਾ ਕਿੱਡੀ ਕੁ ਗੱਲ ਹੋਊਗੀ, ਤੂੰ ਤਾਂ ਉਹੀ ਬਿਲਕੁਲ ਲੱਗ ਜਾਂਦੀ ਆ ਫਿਰ। ਚੱਲ ਕੋਈ ਨਾ, ਗੱਲ ਤਾਂ ਕਿੱਡੀ ਕੁ ਵੀ ਨਹੀਂ ਹੋਈ, ਤੂੰ ਖੜ ਇੱਥੇ। ਖੜ ਇੱਥੇ ਫਿਰ ਕੀ ਹੋਇਆ ਜੇ 2 ਦਿਨ ਵੱਧ ਲਾਏ? ਤਾਂ ਹੀ ਤੈਨੂੰ ਮੈਂ ਕਹਿੰਦਾ ਸੀ ਨਾ ਉੱਥੇ ਟਾਈਮ ਲਵਾ ਨਾ ਟਾਈਮ ਲਵਾ। ਫਿਰ ਕੀ ਹੋ ਗਿਆ? ਆਪਾਂ ਕਿਹੜਾ ਕਿਤੇ ਹੋਰ ਗਏ ਸੀਗੇ, ਪੇਕੀ ਗਈ ਸੀ ਮੈਂ ਆਪਦੇ। ਆਉਂਦਿਆਂ ਨੂੰ ਕਲੇਸ਼ ਸਟਾਰਟ, ਬਸ ਹਜੇ ਉੱਥੇ ਕਰਦੀ ਆ। ਚੱਲ ਕੋਈ ਨਾ, ਕੋਈ ਗੱਲ ਨਹੀਂ, ਗੱਲ ਕੋਈ ਵੱਡੀ ਨਹੀਂ ਹੋਈ। ਆ ਲੈ ਕੀ ਹੈ ਇਹ? ਹੁਣ ਪੜ੍ਹਿਆ ਲਿਖਿਆ ਸਕੂਲ 'ਚ ਗਾਲੇ ਨੇ 10 ਸਾਲ, ਗਾਹਾਂ ਕਾਲਜਾਂ 'ਚ ਗਏ ਪੜ੍ਹ ਸਕਦਾ ਨਾ? ਮੇਰੀ ਮਰਜ਼ੀ, ਮੈਂ ਜੋ ਮਰਜ਼ੀ ਕਰ ਸਕਦੀ ਹਾਂ। ਜਦੋਂ ਤੁਸੀਂ ਮੇਰੀ ਰਾਏ 'ਚ ਨਹੀਂ ਚੱਲ ਸਕਦੇ ਤੇ ਮੈਨੂੰ ਬੰਨ ਕੇ ਨਹੀਂ ਦਿੱਤਾ ਤੁਹਾਡੀ ਰਾਏ 'ਚ ਚੱਲਣਾ। ਨਾ ਪਰ ਮਾਂ ਅਸਲੀ ਪੁੱਤਰ ਤੇਰਾ ਮੈਂ ਆ। ਆਵਾਜ਼ ਕੀ ਹੈ ਵੀ? ਹਾਂ ਇੱਕ ਮਾਂ ਦੀ ਇੱਕ ਪਿਓ ਦੀ ਜਾਇਦਾਦ ਦਾ ਮਾਲਕ ਦਾ ਪੁੱਤ ਹੀ ਹੁੰਦਾ, ਜਦੋਂ ਕਿ ਤੇਰਾ ਇਕੱਲਾ ਕਹਿਣਾ ਪੁੱਤਾਂ ਮੈਂ। ਹਾਂ ਸ਼ਾਬਾਸ਼ੀ ਸ਼ਾਬਾਸ਼ੀ ਪੁੱਤ ਤੇਰੇ, ਤੂੰ ਮੇਰੀ ਜ਼ਮੀਨ ਜਾਇਦਾਦ ਪ੍ਰੋਪਰਟੀ ਦਾ ਮਾਲਕ ਹੈਗਾ, ਹੱਕਦਾਰ ਹੈਗਾ, ਪਰ ਮੈਨੂੰ ਸੰਭਾਲਣ ਦਾ ਹੱਕਦਾਰ ਨਹੀਂ ਹੈਗਾ। ਉਹ ਤਾਂ ਕਿਤੇ ਲਿਖਿਆ ਹੀ ਨਹੀਂ ਵੀ ਕੋਈ ਮਾਂ ਪਿਓ ਨੂੰ ਸੰਭਾਲੇ, ਉਹ ਤਾਂ ਹੈ ਨਹੀਂ ਕਿਤੇ ਵੀ। ਮਾਂ ਫਿਰ ਤੈਨੂੰ ਪਤਾ ਸਾਨੂੰ ਕਾਲੀ ਦੀ ਜਾਣ ਦੀ ਫਿਰ ਕਿੱਡੀ ਗੱਲ ਹੋ ਗਈ? ਆਏ ਥੋੜੇ ਐਡਾ ਕਦਮ ਚੱਕੇਂਗੀ ਤੂੰ? ਵਿਆਹੀ ਗਏ ਸੀ ਮਾਂ 2 ਦਿਨ। ਚੁੱਪ ਕਰ ਜਾ ਨਾ, ਮੈਨੂੰ ਐਂ ਦੱਸ ਇਹ ਕਿਹੜੀ ਕਿਤਾਬ 'ਚ ਲਿਖਿਆ ਵੀ ਮਾਂ ਪਿਓ ਬਿਮਾਰ ਪਿਆ ਹੋਵੇ ਧੀ ਪੁੱਤ ਲਵਾਉਂਦੀ ਜਾਵੇ ਵੀ ਮੈਂ ਲੇਟ ਹੁੰਦਾ ਵਿਆਹ ਜਾਣਾ? ਹੁਣ ਤਾਂ ਠੀਕ ਹੈ, ਹੁਣ ਠੀਕ ਹਾਂ, ਮੈਨੂੰ ਸੰਭਾਲਣ ਵਾਲੇ ਨੇ ਸੰਭਾਲ ਲਿਆ, ਮੈਂ ਠੀਕ ਹਾਂ। ਉਹ ਆਵੇ ਮੁੰਡਿਆ, ਮੈਨੂੰ ਪਤਾ ਹੀ ਸੀ। ਪੁੱਛੋ ਤੁਸੀਂ 2 ਦਿਨ ਘਰੋਂ ਕੀ ਗਏ? ਨਾ ਤਰਨਾ ਤਾਂ ਚੰਗੀਆਂ ਗੱਲਾਂ ਨੇ ਤੇਰੀਆਂ। ਕੀ ਬਈ ਮੈਂ ਕੀ ਕਰਤਾ? ਕੀ ਕਰਤਾ ਓਏ, ਆਸ ਲਾ ਦਿੰਦਾ ਤੂੰ? ਤੇਰੇ ਪਿਓ ਨੇ ਸਾਡੇ ਕੰਮ ਕਰਿਆ, ਅਸੀਂ ਤੈਨੂੰ ਰਲਾਇਆ ਵੀ ਨਾ ਬਈਏ ਵੀ ਮਿਲਦੇ ਵੀ ਮੈਨੂੰ ਬਈਏ, ਮੈਂ ਤੈਨੂੰ ਰਲਾਇਆ, 4 ਰੁਪਏ ਵੱਧ ਦੇ ਕੇ ਰਲਾਇਆ। ਉਹ ਫਿਰ ਬਾਈ ਮੈਂ ਕਰ ਕੀ ਦਿੱਤਾ ਮੈਨੂੰ? ਫੇਰ ਕਿਵੇਂ ਭੋਲਾ ਬੰਦਾ ਜੀ? ਆ ਕੀ ਹੈ ਫਿਰ, ਆ ਕੀ ਹੈ?
ਯਾਰ ਬਾਈ ਮੈਨੂੰ ਕਿਹੜਾ ਪੜ੍ਹਨਾ ਆਉਂਦਾ ਯਾਰ, ਪੜ੍ਹਨਾ ਆਉਂਦਾ ਭੋਲਾ? ਮੈਂ ਦੱਸ ਦੇਣੀ ਆ, ਚੁੱਪ ਕਰ ਜਾ, ਗੱਲ ਸੁਣ ਲੈ ਤਰਨਾਟ। ਅੱਜ ਤੋਂ ਮੇਰੀ ਸਾਰੀ ਪ੍ਰਾਪਰਟੀ ਦਾ ਮਾਲਕ ਤੂੰ ਹੈ। ਲੈ ਚਾਚੀ ਕਿਉਂ ਮਖੌਲ ਕਰਦੀ ਹੈ, ਕੋਈ ਗੱਲਾਂ ਨੇ ਕਰਨ ਵਾਲੀਆਂ ਭਲਾ? ਹੈ ਇਹ ਜ਼ਮੀਨ ਦਾ ਮਾਲਕ ਇਹ ਤੇਰਾ ਪੁੱਤ? ਮੇਰਾ ਪੁੱਤ ਅਸਲੀ ਤੂੰ ਹੈ, ਜਿਹਨੇ ਮੈਂ ਮੰਜੇ ਤੇ ਬਿਲਕਦੀ ਪਾਣੀ ਪਾਣੀ ਕਰਕੇ ਮਰ ਜਾਂਦੀ ਮੈਂ ਜੇ ਤੂੰ ਨਾ ਆਉਂਦਾ। ਓਹੋ ਓਹੋ ਚਾਚੀ, ਜੇ ਮੈਂ ਦੋ ਰਾਤਾਂ ਤੇਰੇ ਵਾਸਤੇ ਨਜ਼ਾਇਆ ਰਹਿ ਗਿਆ ਤੇਰੀ ਬਿਮਾਰ ਹੋਈ ਤੋਂ, ਫਿਰ ਇਹਦਾ ਮਤਲਬ ਮੈਂ ਜ਼ਮੀਨ ਦਾ ਮਾਲਕ ਥੋੜੀ ਬਣ ਗਿਆ। ਪਰ ਆ ਕੀ ਹੈ, ਆ ਕੀ ਹੈ? ਮੈਨੂੰ ਨੀ ਪਤਾ ਬਾਈ, ਪਰਮਾਤਮਾ ਦੀ ਸੌ ਲਗੇ ਰੱਬ ਦੀ। ਰਹਿਣ ਦੇ ਰਹਿਣ ਦੇ, ਤੁਸੀਂ ਕਰਦੀ ਆਏ ਹੁੰਦੇ ਹੋ, ਦੋ ਦਿਨ ਘਰੋਂ ਕੀ ਗਿਆ, ਤਾਂ ਹੀ ਮਿੱਠ ਮਾਸਾ ਹੁੰਦਾ ਸੀ ਤੂੰ ਮਾਂ ਨਾਲ। ਚਾਚੀ ਦੱਸ ਦੇ ਰੱਬ ਦੀ ਸੌ ਬਾਈ, ਮੈਨੂੰ ਨੀ ਪਤਾ। ਮੇਰੀ ਗੱਲ ਸੁਣਦਾ, ਬਾਹਲਾ ਬੋਲਣ ਦੀ ਲੋੜ ਨੀ, ਮੇਰੀ ਮਰਜ਼ੀ ਨਾਲ ਮੈਂ ਆਪਦਾ ਪੁੱਤ ਇਹ ਬਣਾਇਆ, ਤੂੰ ਪੁੱਤ ਤੋਂ ਕਪੁੱਤ ਹੋ ਗਿਆ, ਠੀਕ ਹੈ? ਤੈਂ ਨਹੀਂ ਆਪਦੇ ਫਰਜ਼ ਸਮਝੇ, ਨਾ ਸਹੀ ਇਹਨੇ ਪੁੱਤ ਨਾ ਹੋਣ ਦੇ ਮੁਤਾਬਕ ਵੀ ਮੇਰਾ ਸਭ ਦੁੱਖ ਦਰਦ ਵੰਡਾਇਆ, ਆਪ ਇਹ ਜਾਗਦਾ ਰਿਹਾ ਦੋ ਦੋ ਰਾਤਾਂ। ਚਾਚੀ ਚਾਚੀ ਐਵੇਂ ਨਹੀਂ ਹੁੰਦਾ ਹੁੰਦਾ, ਪੁੱਤ ਪੁੱਤੇ ਹੁੰਦਾ ਹੁੰਦਾ। ਇੱਕ ਗੱਲ ਤੈਨੂੰ ਹੋਰ ਦੱਸਾਂ ਮੈਂ, ਆ ਚਾਚੀ ਨਾ ਕਹੀਂ ਅੱਜ ਤੋਂ ਬਾਅਦ, ਮਾਂ ਕਹਿ ਕੇ ਬੁਲਾਉਂਦਾ ਮੈਨੂੰ, ਤੂੰ ਮੈਨੂੰ ਮਾਂ ਨਾ ਕਹੀਂ। ਪਰ ਮਾਂ ਬਾਈ, ਫਿਰ ਕਹੋਗੇ ਤੁਸੀਂ ਵਿੱਚ ਬੋਲਦਾ ਬਾਈ, ਗਲਤੀ ਤੁਹਾਡੀ ਆ, ਸੱਤ ਸੱਤ ਦਿਨ ਸੌ ਲੱਗੇ ਰੱਬ ਦੀ, ਜਾਂ ਤਾਂ ਮੈਨੂੰ ਪਤਾ ਜਾਂ ਰੱਬ ਨੂੰ ਪਤਾ, ਤੀਜੀ ਇਹਨੂੰ ਪਤਾ। ਇੰਨਾ ਬੁਖਾਰ ਆਉਂਦਾ ਦੀ ਬਾਈ, ਮੇਰੀ ਹਿੰਮਤ ਨਹੀਂ ਪਈ ਕਿਤੇ ਲਿਜਾਣ ਦੀ, ਮੈਂ ਦੋ ਰਾਤਾਂ ਉਰੀ ਪਾਣੀ ਦੀਆਂ ਪੱਟੀਆਂ ਧਰਦਾ ਰਿਹਾ, ਮਸਾਂ ਲੋਟ ਆਈ ਮਸਾਂ ਲੋਟ। ਬਾਈ ਮੇਰੀ ਗੱਲ ਸੁਣੋ, ਪੈਰੀ ਪੈ ਜਾਓ ਯਾਰ, ਮੰਗ ਲਓ ਮਾਫ਼ੀ, ਨਾਲੇ ਆਹ ਕਾਗਜ਼ਾਂ ਕੂਗਜ਼ਾਂ ਨਾਲ ਕੁਛ ਨਹੀਂ ਹੁੰਦਾ, ਇਹਨਾਂ ਨਾਲ ਕਾਗਜ਼ਾਂ ਨਾਲ ਕੀ ਹੁੰਦਾ, ਉਹੀ ਘਾਬਰਦੇ ਤੁਸੀਂ ਯਾਰ। ਕਹਿੰਦਾ ਘਾਬਰਦਾ ਕਿਉਂ ਹੈ, ਉਹ ਘਾਬਰਾਂ ਦਾ ਹੋਰ ਕੀ ਕਰਾਂ, ਆਹ ਜਿਹੜੀ ਤੇਰੇ ਨਾ ਚੜ੍ਹਾਤੀ ਉਹਦਾ ਕੀ ਕਰਾਂ ਮੈਂ, 20 ਕਿੱਲੇ ਨੇ 20। ਯਾਰ ਫਿਰ ਐ ਕਾਗਜ਼ਾਂ ਨਾਲ ਹੀ ਨਾ ਚੜ੍ਹ ਜਾਂਦੀ ਹੁੰਦੀ ਹੈ। ਕਾਗਜ਼ਾਂ ਨਾਲ ਆ ਕੀ ਹੈ, ਆ ਸਾਈਨ ਕਰ ਰੱਖੇ ਨੇ ਮਾਂ ਨੇ, ਤੇਰੇ ਨਾਂ ਚੜ੍ਹਾ ਰੱਖਿਆ ਸਰ, ਆ ਦੇਖ ਉੱਪਰ ਲਿਖਿਆ ਕੀ ਹੈ। ਉਹ ਬਾਈ ਸੋਚ ਨਾ ਕਰ, ਮੈਂ ਤੇਰੀ ਜ਼ਮੀਨ 'ਚੋਂ ਬੀਗਾ ਵੀ ਨਹੀਂ ਲੈ ਜਾਂਦਾ, ਮੈਂ ਕਿਤੇ ਨਹੀਂ ਲੈ ਜਾਣੀ। ਬੀਗਾ ਨਹੀਂ ਲੈ ਜਾਂਦਾ, ਛੱਡਦਾ ਹੁੰਦਾ ਕੋਈ, ਉਹ ਖੁੱਡ ਨਹੀਂ ਛੱਡਦਾ, ਤੂੰ 20 ਕਿੱਲੇ ਛੱਡੇਗਾ। ਬਾਈ ਫਿਰ ਇੰਨੀ ਗਰੰਟੀ ਹੈ ਤਰਨਾਟ ਦੀ, ਤੇਰੀ ਜ਼ਮੀਨ 'ਤੇ ਥੁੱਕਦਾ ਵੀ ਨਹੀਂ, ਹੋਰ ਦੱਸ। ਇਹਦਾ ਕੀ ਕਰਾਂ, ਇਹਦਾ ਕੀ ਕਰਾਂ ਮੈਂ, ਇਹਦਾ ਕੀ ਕਰਨਾ? ਲੈ ਲੈ ਖੜ ਜਾ ਚਾਚੀ, ਲੈ ਕਮਾਲ ਕਰਦੀ ਹੈ, ਮੈਂ ਆਪਦੇ ਹੱਕਾਂ ਲਾਲ ਦੀ ਕਮਾਈ ਖਾਨਾ ਦੱਸੇ ਨੌਹਾਂ ਦੀ, ਹੈਂ, ਮੈਂ ਹੁਣ ਤੁਹਾਡੀ ਜ਼ਮੀਨ 'ਤੇ ਥੋੜ੍ਹੀ ਰਹੂੰਗਾ ਮੈਂ। ਕਮਾਲ ਕਰਦੀ ਹੈ ਚਾਚੀ ਤੂੰ, ਫਿੱਟੇ ਲਾਣਤ ਕਾਵੇਂਗੀ ਸਾਰੀ ਦੁਨੀਆ ਤੋਂ। ਪੁੱਤ ਤੇਰੇ ਫਿੱਟੇ ਲਾਣਤ ਨਹੀਂ, ਫਿੱਟੇ ਲਾਣਤ ਇਹਦੇ ਹੈ। ਉਹ ਫਿੱਟੇ ਫੁੱਟੇ ਲਾਣਤ ਤਾਂ ਮੈਨੂੰ ਪਤਾ ਨਹੀਂ, ਉਹ ਤੁਹਾਡੀ ਮਾਂ ਹੈ, ਮਾਫ਼ੀ ਮੰਗ ਲਓ ਯਾਰ, ਪੈਰੀ ਪੈ ਜਾਓ ਯਾਰ, ਇਹਦੇ ਮੈਨੂੰ ਫੜਾਇਆ, ਮੈਂ ਸਾਰੇ ਅੱਗ ਲਾ ਦੂੰਗਾ ਇਹਨਾਂ ਨੂੰ। ਮਾਂ ਮੈਨੂੰ ਮਾਫ਼ ਕਰ ਦੇ, ਮੈਂ ਤਾਂ ਗਲਤੀ ਹੋ ਗਈ, ਮੈਂ ਅੱਗੇ ਤੋਂ ਕਦੇ ਵੀ ਨਹੀਂ ਕਰਦਾ, ਮੈਂ ਵੀ ਤੈਨੂੰ ਇਕੱਲੀ ਨੂੰ ਛੱਡ ਕੇ ਵਗ ਜਾ। ਤੂੰ ਵੀ ਭਾਈ ਮਾਫ਼ੀ ਮੰਗ ਲੈ, ਤੂੰ ਐਂ ਦੱਸ ਆਪਦੇ ਦਿਲ 'ਤੇ ਹੱਥ ਧਰ ਕੇ ਦੇਖ, ਜੇ ਤੇਰੀ ਮਾਂ ਨੂੰ ਤੇਰਾ ਭਾਈ ਛੱਡ ਕੇ ਜਾਵੇ ਬਿਮਾਰ ਪਈ ਨੂੰ, ਅਤੇ ਹਫ਼ਤਾ ਹਫ਼ਤਾ ਮੁੜੇ ਨਾ, ਉਹਨੂੰ ਕੌਣ ਸਾਂਭੂਗਾ, ਤੇਰੇ ਦਿਲ 'ਤੇ ਕੀ ਬੀਤੂਗੀ, ਮੈਨੂੰ ਆਪਦੇ ਦਿਲ 'ਤੇ ਹੱਥ ਧਰ ਕੇ ਦੱਸ ਇੱਕ ਵਾਰੀ। ਬਾਈ ਤਰਨ ਸੋਰੀ ਬਾਈ, ਮਿੱਥੋਂ ਸੋਰੀ, ਮੇਰੇ ਸੋਰੀ ਸਾਰੀ ਦੇ ਕੀ ਹੁੰਦਾ। ਫਿਰ ਕਹਿੰਦੇ ਨੇ ਸੱਸਾਂ ਧੀਆਂ ਨਹੀਂ ਬਣਾਉਂਦੀਆਂ, ਹੈ ਧੀਆਂ ਕਿਹੜਾ ਮਾਮਾ ਬਣਾਉਂਦੀਆਂ ਨੇ, ਜਾਂ ਨੂੰਹਾਂ ਮਾਮਾ ਬਣਾਉਂਦੀਆਂ ਨੇ, ਮਾਂ ਬਣਾ ਲੈ ਇਹਨੂੰ। ਗਲਤੀ ਸਾਨੂੰ ਮਾਫ਼ ਕਰ ਦੇ, ਇੱਕ ਵਾਰੀ ਗਲਤੀ ਇੱਕ ਵਾਰੀ ਹੁੰਦੀ ਹੈ, ਬਾਰ ਬਾਰ ਨਹੀਂ ਹੁੰਦੀ ਤਾਰੀ। ਸੌਣ ਲੱਗੇ ਆਹ ਪਹਿਲੀ ਤੇ ਲਾਸਟ ਗਲਤੀ ਦੀ, ਮੁੜ ਕੇ ਤੈਨੂੰ ਮੌਕਾ ਨਹੀਂ ਦਿੰਦਾ ਇਹੋ ਜਿਹਾ। ਅਸੀਂ ਤੇਰੇ ਬਿਨਾਂ ਪੁੱਛੇ ਪੈਰ ਵੀ ਨਹੀਂ ਪੜਦੇ ਮਾਂ, ਸਾਨੂੰ ਮਾਫ਼ ਕਰ ਦੇ। ਸੌਣ ਲੱਗੇ ਮਾਂ ਕਦੇ ਨਹੀਂ ਮੌਕਾ ਦਿੰਦਾ ਇਹੋ ਜਿਹਾ। ਤਰਨਾਟਾ ਪਹਿਲਾਂ ਤਰਨਾਟਾ ਬਾਈ, ਤੂੰ ਵੀ ਮੈਨੂੰ ਮਾਫ਼ ਕਰ ਦੇ।
ਮੈਂ ਕਹਣਾ ਤੈਨੂੰ ਮਾਫ ਕਰਨ ਮੇਰੇ ਤੇ ਛੋਟਾ ਭਾਈਆਂ ਚ ਅੱਖਾਂ ਵਰਗਾ ਕੰਜਰਾ ਤੂੰ ਮੇਰੇ ਵੱਡੇ ਭਾਈਆਂ ਵਰਗਾ ਬਈ ਮੈਂ ਤੈਨੂੰ ਕਦੇ ਸਿੱਧੇ ਮੂੰਹ ਨਹੀਂ ਬੋਲਿਆ ਯਾਰ ਕੁਛ ਨਹੀਂ ਹੁੰਦਾ ਫਿਰ ਮੈਂ ਕਿਹੜਾ ਕਦੇ ਗੋਲਿਆ ਯਾਰ ਇਹੀ ਤਾਂ ਗੱਲ ਆ ਵੀ ਮੈਂ ਤੂੰ ਕਦੇ ਗੋਲਿਆ ਨਹੀਂ ਤੇ ਮੈਂ ਪੁੱਟਾ ਬੋਲਦਾ ਹੀ ਗਿਆ ਬੋਲਦਾ ਹੀ ਗਿਆ ਸਭ ਤੋਂ ਵੱਡੀ ਗਲਤੀ ਸੀ ਮੇਰੀ ਵੀ ਮੈਂ ਮਾੜੂ ਬੁਖਾਰ ਚ ਘਰੇ ਛੱਡ ਕੇ ਗਿਆ ਉਹ ਅੱਧਾ ਘੰਟਾ ਨਹੀਂ ਰੁਕ ਸਕਿਆ ਮੈਂ ਅੱਧਾ ਘੰਟਾ ਚੱਲ ਕੋਈ ਨੀ ਉਹ ਡੁੱਲੇ ਮੇਰਾ ਨਾ ਕੁਛ ਨਹੀਂ ਵਿਗੜਦਾ ਨਹੀਂ ਦੇਣ ਦਵਾ ਤੇਰਾ ਤਾਂ ਮੇਰੇ ਬਾਪ ਚਾਹੀਏ ਯਾਰ ਉਹ ਮੈਂ ਪਾਪ ਕਿਸੇ ਦੇ ਹੁੰਦਾ ਯਾਰ ਮੈਂ ਪਾਪ ਕਿਸੇ ਦੇ ਅੱਜੀ ਉਠਾ ਲੈ ਨੋ ਵਾ ਗੱਲ ਨਾਲ ਲਾ ਲੈ ਤੈਨੂੰ ਕਦੇ ਨਹੀਂ ਮੁੜ ਕੇ ਨਹੀਂ ਕੀ ਕਰ ਦਵਾ ਚੱਲ ਪੁੱਤ ਚੱਲ ਲੋ ਪਿੰਡ ਤੋਂ ਰੋਈ ਜਾਉਂਗੇ ਉਹ ਸਿਆਣਿਆਂ ਦੀ ਕਹਾਵਤ ਹੈ ਅੱਗੇ ਪੁੱਤ ਤੱਕ ਪੁੱਤ ਹੋ ਜਾਂਦੇ ਨੇ ਪਰ ਮਾਪੇ ਕਮਾਪੇ ਨਹੀਂ ਹੁੰਦੇ ਹੁੰਦੇ ਕਦੇ ਵੀ ਕਹਿੰਦੇ ਅਮੜੀ ਵੱਡੇ ਚ ਅਮੜੀ ਫੇਰ ਵੀ ਅਮੜੀ ਦੀ ਅਮੜੀ